ਇਕ ਮਨ ਉਰਖੋ ਤੇ ਆਏ ਬਰਦਾਤਾ ਸੰਤ ਸਹਾਰ ਸਦਾ ਵਖਿਆਤਾ ਤਾਸ ਚਰਨ ਲੇਰਦਾ ਬਸਾਵੋ ਤੋ ਪਰਮ ਗੁਰੂ ਨਾਨਕ ਗੁਨ ਗਾਵੋ ਤਾਸ ਚਰਨ ਲੇਰਦਾ ਬਸਾਵੋ ਓ ਪਰਮ ਗੁਰੂ ਨਾਨਕ ਗੁਣ ਗਾਵੋ ਗੋਨੰਗਾਵੋ ਗਾਵੋ ਗੋਨਾ ਪਰਮ ਸੁਖ ਸਾਗਰ ਦੁਰਤ ਨਿਵਾਰਨ ਸਬਦ ਸਰੇ गाव गंभीर धीर ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ 인ਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਾਭ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਾਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਸੁਕਾਹੁ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਅਮਰਨ ਦੁਖੁ ਜਾਏ ਹੋਐ ਸਿਫਤਿ ਖਸਮਾਂ ਦੀ ਨੂਰ ਅਰਸੋਂ ਕੁਰਸੋਂ ਛਟੀ ਐ ਤੂਦ ਡਿਟੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਤੁਧ ਡਿਠੇ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹਲਾ ਪਹਿਲਾ ਅਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਗगन ਮੈਂ ਥਾਲ ਰਵ ਚੰਨ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ ਉਪਮਰ ਆਲੋ ਪਉਂ ਚਵਰੋ ਕਰੈ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਗਗਨ ਮੈਂ ਥਾਲ ਰਵ ਚੰਨ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀਆ ਨੇ ਸੁਭਾਗ ਸਮੇਂ ਜੋ ਹਨ ਸਾਨੂੰ ਬਖਸ਼ਿਸ਼ ਕੀਤੀ ਆਪ ਸੰਗਤਾਂ ਗੁਰੂ ਕੀ ਬਾਣੀ ਪੜਨ ਵਾਸਤੇ ਸਰਵਨ ਕਰਨ ਵਾਸਤੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਇਕੱਤਰਤ ਹੋ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਨਿਤਨੇਮ ਦੇ ਰੂਪ ਦੇ ਵਿੱਚ ਕੀਰਤਨ ਔਰ ਕਥਾ ਦੇ ਰੂਪ ਦੇ ਵਿੱਚ ਦਾਤ ਲੈਣ ਵਾਸਤੇ ਰਾਪਤ ਹੋ ਰਹੇ ਹੋ ਮਹਾਰਾਜ ਕਿਰਪਾ ਕਰ ਰਹਿ ਆਓ ਕੁਝ ਸਮੇਂ ਲਈ ਆਪਣੇ ਮਨ ਦਾ ਧਿਆਨ ਟਿਕਾਈਏ ਬੜੀ ਭਾਵਨਾ ਦੇ ਨਾਲ ਜੋ ਸਤਿਗੁਰਾਂ ਦੇ ਅੰਮ੍ਰਿਤ ਵਚਨ ਹਨ ਕਥਾ ਦੇ ਰੂਪ ਦੇ ਵਿੱਚ ਸਰਵਨ ਕਰਕੇ ਲਾਹੇ ਪ੍ਰਾਪਤ ਕਰੀਏ ਮਨ ਦੀਆਂ ਵਰਤੀਆਂ ਟਿਕਾਈਏ ਮਿਲ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪਹਿਲਾ ਾਰਤੀ ਇੱਕ ਓਕਾਰ ਸਤਗੁਰ ਪ੍ਰਸਾਦ ਤਨਾਸਰੀ ਰਾਗ ਦਾ ਇਹ ਜੋ ਸ਼ਬਦ ਹੈ ਸਾਨੂੰ ਪ੍ਰਾਪਤ ਹੋ ਰਿਹਾ ਹੈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਆਰਤੀ ਦਾ ਇਹ ਪਹਿਲਾ ਸ਼ਬਦ ਜੋ ਹੈ ਉਹ ਬਖਸ਼ਿਸ਼ ਕੀਤਾ। ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਆਪਾਂ 663 ਅੰਗ ਦੇ ਉੱਪਰ ਸਰਵਨ ਕਰਨ ਜਾ ਰਹੇ ਹਾਂ। ਔਰ ਇਹ ਸ਼ਬਦ ਨੂੰ ਮਹਾਰਾਜ ਨੇ ਤਨਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਆਰਤੀ ਬਾਣੀ ਦਾ ਨਾਮ ਹੈ। ਜਿਸ ਦੇ ਸਰਲੇਖ ਹੀਠ ਮਹਾਰਾਜ ਜੀਆਂ ਨੇ ਇਹ ਜੋ ਸ਼ਬਦ ਹਨ ਸਾਡੇ ਤੇ ਬਖਸ਼ਿਸ਼ ਕਰਨ ਵਾਸਤੇ ਮਹਾਰਾਜ ਜੀਆਂ ਨੇ ਬਖਸ਼ੇ ਨੇ ਗੁਰੂ ਘਰ ਦੀ ਮਰਿਆਦਾ ਨੂੰ ਪੂਰਾ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਮੰਗਲਾ ਚਰਨ ਕਰਦੇ ਪੈ ਇੱਕ ਓੰਕਾਰ ਓੰਕਾਰ ਪ੍ਰਮਾਤਮਾ ਇੱਕ ਹੈ ਜਾਤੀ ਵਜਾਤੀ ਸਵਾਯਗਤ ਭੇਦਾਂ ਤੋਂ ਪਰਮਾਤਮਾ ਰਹਿਤ ਹੈ ਉਹ ਪਰਮਾਤਮਾ ਇੱਕ ਹੈ ਸੋ ਇਸ ਤਰ੍ਹਾਂ ਇਹ ਮੰਗਲਾ ਚਰਨ ਲਿਖ ਕੇ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਇਹ ਜੋ ਸ਼ਬਦ ਹੈ ਇਹ ਸਾਨੂੰ ਪ੍ਰਾਪਤ ਹੋ ਰਿਹਾ ਹੈ ਸਤਗੁਰ ਪ੍ਰਸਾਦ ਅਤੇ ਉਹ ਪਰਮਾਤਮਾ ਗੁਰੂ ਕਿਰਪਾ ਨਾਲ ਗੁਰੂ ਬਖਸ਼ਿਸ਼ ਨਾਲ ਭਾਈ ਪ੍ਰਾਪਤ ਹੁੰਦਾ ਜੋ ਪ੍ਰਮਾਤਮਾ ਅਦਵੈਤ ਸਰੂਪ ਹੈ ਜਾਤ ਪਾਤ ਰੂਪ ਰੰਗ ਤੋਂ ਨਿਆਰਾ ਹੈ ਐਸੇ ਪ੍ਰਮਾਤਮਾ ਦੀ ਜੇ ਪ੍ਰਾਪਤੀ ਕਰਨੀ ਹੈ ਗੁਰਮਖੋ ਗੁਰੂ ਦੀ ਬਖਸ਼ਿਸ਼ ਜ਼ਰੂਰ ਲੈਣੀ ਪਵੇਗੀ ਜਿੰਨਾ ਚਿਰ ਮਨ ਵਿੱਚ ਹਉਮੈ ਹੈ ਹੰਕਾਰ ਹੈ ਮਾਨ ਹੈ ਉਹਨਾਂ ਚਿਰ ਪ੍ਰਾਪਤੀ ਨਹੀਂ ਹੈ ਸੋ ਪ੍ਰਾਪਤੀ ਉਦੋਂ ਆ ਜਦੋਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰੇਗਾ ਗੁਰੂ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਗਗਨ ਮੈਂ ਥਾਲ ਰਵ ਚੰਨ ਦੀਪਕ ਬਣ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਜਿਸ ਵੇਲੇ ਭਗਵਾਨ ਜਗਨਨਾਥ ਨੇ ਰੱਦਿਆ ਨਾ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਤੇ ਮਹਾਰਾਜ ਜੀ ਦੇਸਾਂ ਦਸੰਤਰਾ ਦਾ ਰਟਨ ਕਰਦੇ ਹੋਏ ਭ੍ਰਮਣ ਕਰਦੇ ਹੋਏ ਪਾਤਸ਼ਾਹ ਜੀ ਚੱਲ ਕੇ ਉਸ ਵੇਲੇ ਜਗਨਨਾਥ ਪੁਰੀ ਪਹੁੰਚੇ ਨੇ ਉੜੀਸਾ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਪਹੁੰਚੇ ਮੰਗੂ ਮਟ ਨਾਮ ਦਾ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇ ਪਾਤਸ਼ਾਹ ਜਾ ਕੇ ਬੈਠੇ ਇਹਦੇ ਨੇੜੇ ਹੀ ਬੜਾ ਵੱਡਾ ਇੱਕ ਧਾਰਮਿਕ ਮੰਦਿਰ ਜੋ ਬੜਾ ਪੁਰਾਤਨ ਹੈ ਉਦੀ ਕਿਰਿਆ ਮਹਾਰਾਜ ਵੇਖਦੇ ਪਏ ਬڑے-ਬڑے ਜੋ ਪੰਡੇ ਪੰਡਤ ਹਨ ਉਹ ਆਪਣੀ ਕਿਰਿਆ ਮਰਿਆਦਾ ਜੋ ਵੀ ਹੈ ਨਾ ਸਾਰੇ ਕਾਰਜਾਂ ਨੂੰ ਕਰਦੇ ਪੈ ਪਰ ਉਹਨਾਂ ਦੇ ਕਾਰਜਾਂ ਵਿੱਚ ਬੜਾ ਭਾਰੀ ਪਖੰਡ ਹੈ ਧਰਮ ਕਰਮ ਦਾ ਕੰਮ ਤੇ ਕਰਦੇ ਪੈ ਪਰ ਉਹਦੇ ਵਿੱਚ ਪਖੰਡ ਵੀ ਨਾਲ ਕਰਕੇ ਦੁਨੀਆ ਨੂੰ ਲੁੱਟਦੇ ਪੈ ਐਸੀ ਕਿਰਿਆ ਵੇਖ ਕੇ ਮਹਾਰਾਜ ਸਾਹਿਬ ਜੀ ਨੇ ਜਾਣਿਆ ਵੀ ਇੰਨੀ ਦੂਰੋਂ ਚੱਲ ਕੇ ਆਏ ਆ ਇਹਨਾਂ ਦਾ ਪਖੰਡ ਭਰਮ ਜਿਹੜਾ ਉਹ ਦੂਰ ਕਰਨਾ ਚਾਹੀਦਾ ਔਰ ਉਹ ਭਰਮ ਦੂਰ ਕਿਵੇਂ ਕੀਤਾ ਜਾਵੇ ਮਹਾਰਾਜ ਇਹਦੇ ਉੱਪਰ ਵਿਚਾਰ ਕਰਦੇ ਪਏ ਤੇ ਸਤਿਗੁਰੂ ਇਹ ਵੀ ਸੋਚਦੇ ਨੇ ਵੀ ਇਹੋ ਜਿਹੇ ਕਾਰਜ ਕਰੀਏ ਸਾਨੂੰ ਇਹਨਾਂ ਨੂੰ ਆਪਣੇ ਕੋਲ ਨਾ ਬੁਲਾਉਣਾ ਪਵੇ ਬਲਕਿ ਇਹ ਆਪਣੇ ਆਪ ਸਾਡੇ ਕੋਲ ਚੱਲ ਕੇ ਆਉਣ ਜੇ ਅਸੀਂ ਜਾ ਕੇ ਕਵਾਂਗੇ ਤੇ ਇਹਨਾਂ ਨੇ ਗੱਲ ਮੰਨਣੀ ਨਹੀਂ ਹੈ ਜੇ ਬੁਲਾਵਾਂਗੇ ਤੇ ਤਾਂ ਵੀ ਇਹਨਾਂ ਨੇ ਆਉਣਾ ਨਹੀਂ ਕੋਈ ਇਹੋ ਜਿਹਾ तरीका ਲੱਭ ਇਹ ਵੀ ਆਪਣੇ ਆਪ ਸਾਡੇ ਕੋਲ ਚੱਲ ਕੇ ਆਉਣ ਤੇ ਸਵਾਲ ਕਰਨ ਤੇ ਫਿਰ ਜਵਾਬ ਦੇਵਾਂਗੇ। ਇਹਨੇ ਚਿਰ ਨੂੰ ਸ਼ਾਮ ਪੈ ਗਈ ਇਹ ਜਿਹੜੇ ਪੰਡਤ ਲੋਕ ਸੰਨ ਥਾਲੀ ਲੈ ਕੇ ਥਾਲੀ ਵਿੱਚ ਦੀਵੇ ਜਗਾ ਕੇ ਮੋਤੀ ਰੱਖ ਕੇ ਕੇਸਰ ਵਗੈਰਾ ਰੱਖ ਕੇ ਚੌਲ ਦੇ दाणे ਰੱਖ ਕੇ ਸਾਰਾ ਕੁਝ ਲਿਆ ਕੇ ਤੇ ਭਗਵਾਨ ਜਗਨਨਾਥ ਦੀ ਉਸ ਵੇਲੇ ਆਰਤੀ ਉਤਾਰਨ ਲੱਗ ਪਏ। ਤੇ ਜਿੰਨੇ ਲੋਕ ਸਨ ਮੰਦਰ ਦੇ ਅੰਦਰ ਬਾਹਰ ਸਾਰੇ ਖੜੇ ਹੋ ਗਏ ਪਰ ਮਹਾਰਾਜ ਸਭਨੇ ਬੈਠੇ ਤੇ ਬੈਠੇ ਹੀ ਰਹਿ ਜਾਣ ਬੁੱਝ ਕੇ ਮਹਾਰਾਜ ਖੜੇ ਨਾ ਹੋਏ ਆਰਤੀ ਕਰਨ ਤੋਂ ਮਗਰੋਂ ਇਹ ਜਿਹੜੇ ਪੰਡਤ ਸਨ ਬੜੇ ਹੈਰਾਨ ਹੋ ਕੇ ਸਤਿਗੁਰਾਂ ਦੇ ਕੋਲ ਗਏ ਕਹਿਣ ਲੱਗੇ ਜੀ ਲਿਬਾਸ ਤੇ ਤੁਹਾਡਾ ਸਾਧੂਆਂ ਵਾਲਾ ਪਰ ਕੰਮ ਤੁਹਾਡੇ ਸਾਧੂਆਂ ਵਾਲੇ ਨਹੀਂ ਮਹਾਰਾਜ ਕਹਿਣ ਲੱਗੇ ਵੀ ਇਹੋ ਜਿਹਾ ਭਾਈ ਅਸੀਂ ਕਿਹੜਾ ਕਰਮ ਕਰ ਦਿੱਤਾ ਜਿਹੜਾ ਤੁਸੀਂ ਆਖਦੇ ਹੋ ਵੀ ਸਾਡੇ ਕੰਮ ਸਾਧੂਆਂ ਵਾਲੇ ਨਹੀਂ ਕਹਿਣ ਲੱਗੇ ਵੇਖੋ ਜੀ ਅਸੀਂ ਆਰਤੀ ਕੀਤੀ ਐ ਸਾਰੇ ਜਾਣੇ ਖੜਕੇ ਅਸੀਂ ਆਰਤੀ ਦੇ ਸ਼ਬਦ ਪੜ੍ਹਦੇ ਰਹਾਂ ਸ਼ੈਣੇ ਵਜਾਉਂਦੇ ਰਹਾਂ ਖੜਤਾਲਾ ਵਜਾਉਂਦੇ ਰਹੇ ਦੀਵੇ ਜਗਾ ਕੇ ਉਹਨਾਂ ਨੂੰ ਕਮਾਉਂਦੇ ਰਹੇ ਆਰਤੀ ਉਤਾਰਦੇ ਰਹੇ ਪਰ ਆਪ ਜੀ ਬੈਠੇ ਰਹੇ ਤੁਸੀਂ ਨਹੀਂ ਵਿੱਚ ਖੜੇ ਹੋ ਕੇ ਹਾਜ਼ਰੀ ਲਵਾਈ ਐ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਭਾਈ ਪ੍ਰਮਾਤਮਾ ਬਹੁਤ ਵੱਡਾ ਹੈ ਤੇ ਤੁਸੀਂ ਨਿੱਕੀ ਜੀ ਆਰਤੀ ਉਤਾਰ ਕੇ ਨਿਕਾ ਜਿਹਾ ਥਾਲ ਲੈ ਕੇ ਆਖਦੇ ਹੋ ਵੀ ਅਸੀਂ ਆਰਤੀ ਉਤਾਰ ਲਈਏ ਪ੍ਰਮਾਤਮਾ ਦੀ ਆਰਤੀ ਤੇ ਅਸੀਂ ਹਰ ਵੇਲੇ ਕਰਦੇ ਰਹਿੰਦੇ ਉਹਦੀ ਆਰਤੀ ਤੇ ਹਰ ਵੇਲੇ ਹੋ ਰਹੀ ਹੈ ਤੇ ਅਸੀਂ ਤੇ ਹਰ ਵੇਲੇ ਉਹਦੀ ਆਰਤੀ ਵਿੱਚ ਹਾਜ਼ਰੀ ਲਵਾਉਂਦੇ ਆਏ ਜਦੋਂ ਇਹ ਬਚਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖੇ ਤੇ ਇਹਨਾਂ ਨੇ ਪੁੱਛਿਆ ਕਹਿਣ ਲੱਗੇ ਮਹਾਰਾਜ ਉਹ ਕਿਹੜੀ ਆਰਤੀ ਜਿਹੜੀ ਹਰ ਵੇਲੇ ਹੁੰਦੀ ਹੈ ਔਰ ਤੁਸੀਂ ਉਹਦੇ ਵਿੱਚ ਹਾਜ਼ਰੀ ਆਪ ਲਵਾਉਂਦੇ ਹੋ ਸਾਨੂੰ ਵੀ ਉਹਦੇ ਬਾਰੇ ਦੱਸਣਾ ਕਰੋ ਇਹ ਜਿਹੜਾ ਪ੍ਰਸੰਗ ਹੈ ਨਾ ਵਾਰਤਾਲਾਪ ਗੁਰੂ ਨਾਨਕ ਦੇ ਪਾਤਸ਼ਾਹ ਦਾ ਤੇ ਉੱਥੋਂ ਦੇ ਜਿਹੜੇ ਪੰਡਤ ਨੇ ਉਹਨਾਂ ਦੇ ਨਾਲ ਮਹਾਰਾਜ ਜੀ ਕਰਦੇ ਪੈ ਸੁਣ ਕਰ ਜਾਗੁਰ ਬਚਨ ਬਖਾਨੇ ਬਾਈ ਸੰਤੋਖ ਸਿੰਘ ਜੀ ਨੇ ਲਿਖਿਆ ਜਦੋਂ ਉਹਨਾਂ ਨੇ ਆਖਿਆ ਨਾ ਵੀ ਮਹਾਰਾਜ ਤੁਸੀਂ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਤੇ ਜਗਤ ਦੇ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸੁਣ ਕੇ ਬਚਨ ਤੇ ਫਿਰ ਉੱਤਰ ਦੇਣ ਲੱਗੇ ਕਹਿਣ ਲੱਗੇ ਸਦਾ ਆਰਤੀ ਹਮ ਪਹਿਚਾਨੇ ਤੁਸੀਂ ਤੇ ਸ਼ਾਮ ਪਈ ਹੈ ਤੇ ਦੀਵੇ ਜਗਾ ਕੇ ਲੈ ਆਂਦੇ ਥਾਲੀ ਸਜਾ ਕੇ ਲੈ ਆਂਦੀ ਹੈ ਫੁੱਲ ਲੈ ਕੇ ਆਗੇ ਵੀ ਆਰਤੀ ਕਰਨ ਲੱਗੇ ਅਸੀਂ ਤੇ ਜਾਣਦੇ ਹਾਂ ਵੀ ਸਦਾ ਹੀ ਉਹਦੀ ਆਰਤੀ ਹੋ ਰਹੀ ਹੈ ਜਦੋਂ ਇਹ ਬਚਨ ਮਹਾਰਾਜ ਜੀ ਨੇ ਆਖੇ ਸਰਬ ਸਰੋਮਣ ਜਸ ਪ੍ਰਭ ਉੱਚੇ ਅਗਲਾ ਬਚਨ ਮਹਾਰਾਜ ਨੇ ਵਰਤਿਆ ਕਹਿਣ ਲੱਗੇ ਭਾਈ ਪ੍ਰਮਾਤਮਾ ਤੇ ਸ਼ਰੋਮਣੀਏ ਤੇ ਬੜਾ ਉੱਚਾ ਹੈ ਤੇ ਜਿੱਡਾ ਵੱਡਾ ਉਹ ਪ੍ਰਮਾਤਮਾ ਉੱਚਾ ਹੈ ਤੇ ਵੱਡਾ ਹੈ ਤੇ ਸਮਰੱਥ ਹੈ ਜਿੱਡੀ ਵੱਡੀ ਉਸ ਦੀ ਮਮਾ ਹੈ ਕਰੇ ਆਰਤੀ ਤਸ ਮਨ ਸੁਚੇ ਅਸੀਂ ਆਪਣੇ ਸੁਚੇ ਮਨ ਦੇ ਨਾਲ ਉਹਦੀ ਆਰਤੀ ਵੀ ਉਸੇ ਤਰ੍ਹਾਂ ਦੀ ਕਰਦੇ ਪੈ ਪਰਮਾਤਮਾ ਹੈ ਤੇ ਬੜਾ ਵੱਡਾ ਉਹਦਾ ਜਸ ਵੀ ਬੜਾ ਵੱਡਾ ਤੁਸੀਂ ਨਿੱਕੀ ਜੀ ਆਰਤੀ ਥਾਲ ਵਿੱਚ ਦੀਵਾ ਜਗਾ ਕੇ ਚਾਰ ਫੁੱਲ ਰੱਖ ਕੇ ਥੋੜੀ ਜੀ ਸੁਗੰਧੀ ਅਤਰ ਫਲੈਲ ਸਿੜਕੇ ਆਖਦੇ ਹੋ ਵੀ ਰੱਬ ਦੀ ਆਰਤੀ ਉਤਾਰੀ ਹੈ ਅਸੀਂ ਤੇ ਆਰਤੀ ਪਰਮਾਤਮਾ ਉੱਚਾ ਵੱਡਾ ਹੈ ਤੇ ਉਸ ਵੱਡੇ ਉੱਚੇ ਪਰਮਾਤਮਾ ਦੀ ਆਰਤੀ ਵੀ ਸੁੱਚੇ ਮਨ ਨਾਲ ਹੀ ਹੁੰਦੀ ਹੈ ਮਨ ਸੁੱਚਾ ਕਰਕੇ ਉਸ ਵੱਡੇ ਦੀ ਵੱਡੀ ਮਹਿਮਾ ਨੂੰ ਉਚਾਰਿਆ ਜਾਵੇ ਤੇ ਪਾਦਸ਼ਾਹ ਕਹਿਣ ਲੱਗੇ ਅਲਪ ਆਰਤੀ ਕਿਆ ਤੁਮ ਕਰੋ ਇਹ ਜਿਹੜੀ ਤੁਸੀਂ ਕਰਦੇ ਪਏ ਹੋ ਨਿੱਕੀ ਜੀ ਆਰਤੀ ਪ੍ਰਮਾਤਮਾ ਹੈ ਸਮਰਾਤ ਤੇ ਵੱਡਾ ਤੁਸੀਂ ਇਹ ਨਿੱਕੀ ਆਰਤੀ ਉਚਾਰਦੇ ਪਏ ਹੋ ਛੋਟੀ ਆਰਤੀ ਕਰਦੇ ਪਏ ਹੋ ਤੁਛ ਸੋਜ ਜਾ ਮੈਂ ਸੁਭਰ ਹੋ ਥੋੜੀਆਂ ਜੀਆਂ ਵਸਤੂਆਂ ਥਾਲੀ ਵਿੱਚ ਪਾ ਕੇ ਭਾਂਡਿਆਂ ਵਿੱਚ ਪਾ ਕੇ ਤੁਸੀਂ ਮੂਰਤੀ ਦੇ ਅੱਗੇ ਰੱਖੀਆਂ ਨੇ ਦਿਖਾਉਂਦੇ ਪਏ ਹੋ ਕਰਦੇ ਪਏ ਹੋ ਵੀ ਆਰਤੀ ਉਤਾਰਦੇ ਪਏ ਹਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੰਨੀਆਂ ਥੋੜੀਆਂ ਵਸਤੂਆਂ ਦੇ ਨਾਲ ਐਡੇ ਵੱਡੇ ਪ੍ਰਮਾਤਮਾ ਦੀ ਆਰਤੀ ਤੁਸੀਂ ਕਿਵੇਂ ਕਰਦੇ ਪੈ ਕਿਵੇਂ ਹੋ ਸਕਦੀ ਹੈ ਮਨ ਨਿਰਮਲ ਕਰ ਨਹੀਂ ਟਕਾਵੋ ਅਗਲਾ ਬਚਨ ਮਹਾਰਾਜ ਜੀਆਂ ਦਾ ਵੀ ਤੁਸੀਂ ਆਪਣਾ ਮਨ ਨਿਰਮਲ ਤੇ ਕੀਤਾ ਨਹੀਂ ਮਨ ਦੇ ਵਿੱਚ ਤੇ ਮੈਲ ਭਰੀ ਹੋਈ ਹੈ ਤੁਹਾਡੇ ਮਨ ਦੇ ਵਿੱਚ ਤੇ ਈਰਖਾ ਭਰੀ ਹੋਈ ਹੈ ਵੀ ਆਰਤੀ ਅੱਜ ਮੈਂ ਕਰਨੀ ਸੀ ਦੂਜਾ ਪੰਡਤ ਸੋਚਦਾ ਮੈਂ ਕਰਨੀ ਸੀ ਤੀਜਾ ਆਖਦਾ ਸੀ ਦੀਵਾ ਮੈਂ ਜਗਾਉਣਾ ਚੌਥਾ ਅਗਦਾ ਥਾਲੀ ਮੈਂ ਘਮਾਉਣੀ ਹੈ ਦੂਜੇ ਆਖਦਾ ਸੀ ਖੜਤਾਲਾਂ ਮੈਂ ਬਜਾਉਣੀਆਂ ਨੇ ਕੋਈ ਆਖਦਾ ਮੈਨੂੰ ਮੋਰੀ ਕਰਨਾ ਸੀ ਮਨ ਦੇ ਵਿੱਚ ਤੇ ਇੱਕ ਦੂਜੇ ਦੇ ਪ੍ਰਤੀ ਤੁਹਾਡੇ ਮਨ ਵਿੱਚ ਈਰਖਾ ਭਰੀ ਹੈ ਈਰਖਾ ਭਰੇ ਮਨ ਦੇ ਨਾਲ ਤੁਸੀਂ ਆਖਦੇ ਹੋ ਵੀ ਭਗਵਾਨ ਦੀ ਆਰਤੀ ਕਰਾਂਗੇ ਹੋਵੇਗੀ ਕਿਵੇਂ ਤੁਸੀਂ ਆਪਣਾ ਮਨ ਟਿਕਾਉਂਦੇ ਨਹੀਂ ਪਏ ਆਰਤੀ ਕੋਈ ਵੀ ਉਤਾਰੇ ਤੁਸੀਂ ਸੱਚੇ ਮਨ ਨਾਲ ਮਨ ਟਕਾ ਕੇ ਹਾਜ਼ਰੀ ਲਵਾਈਏ ਤੇ ਪ੍ਰਵਾਨ ਹੋ ਜਾਏਗੀ ਜੇ ਆਪਣਾ ਮਨ ਹੀ ਨਹੀਂ ਟਿਕਾਇਆ ਦੂਜੇ ਦੇ ਪ੍ਰਤੀ ਦੇਖਦੇ ਰਹੇ ਈਰਖਾ ਹੀ ਕਰਦੇ ਰਹੇ ਤੇ ਫਿਰ ਹਾਜ਼ਰੀ ਕਿਵੇਂ ਲੱਗੇਗੀ ਗੁਰਮੁਖੋ ਇਹ ਕੱਲਾ ਉਪਦੇਸ਼ ਪੰਡਤਾਂ ਵਾਸਤੇ ਨਹੀਂ ਹੈ ਉਪਦੇਸ਼ ਸਾਡੇ ਵਾਸਤੇ ਵੀ ਹੈ ਅਸੀਂ ਵੀ ਉਸੇ ਹੀ ਲਾਈਨ ਵਿੱਚ ਕਤਾਰ ਵਿੱਚ ਆਉਂਦੇ ਆ ਸਾਡੇ ਮਨ ਵਿੱਚ ਐਸੋ ਜਿਹਾ ਔਗਣ ਐ ਹੋਜਾ ਲੋਭ ਐ ਹੋਜਾ ਲਾਲਚ ਇਹੋ ਜੀ ਹਉਮੈ ਆ ਜਾਂਦੀ ਹੈ ਵੀ ਆਹ ਕੰਮ ਮੈਂ ਕਿਉਂ ਨਹੀਂ ਕੀਤਾ ਮੈਨੂੰ ਹੀ ਕਰਨਾ ਚਾਹੀਦਾ ਸੀ ਗੁਰੂ ਦੇ ਕੋਲ ਆ ਕੇ ਗੁਰੂ ਦੇ ਘਰ ਆ ਕੇ ਐਸੀ ਹਉਮੈ ਨੂੰ ਪਰੇ ਕਰਕੇ ਜੋ ਕੁ ਕਰਦਾ ਉਹਦੇ ਵੱਲ ਵੇਖ ਕੇ ਈਰਖਾ ਨਾ ਕਰ ਹਾਜ਼ਰੀ ਲਵਾ ਤੇਰੀ ਹਾਜ਼ਰੀ ਆਪਣੀ ਹੈ ਤੈਨੂੰ ਆਪਣਾ ਫਲ ਮਿਲ ਜਾਣਾ ਤੇਰੇ ਮਨ ਦੀ ਹਾਜ਼ਰੀ ਲਗਣੀ ਹੈ ਕਿੰਨਾ ਕੁ ਮਨ ਟਿਕਾਇਆ ਕਿੰਨੀ ਕੁ ਭਾਵਨਾ ਹੈ ਮਨ ਨਿਰਮਲ ਕਰ ਨਹੀਂ ਟਿਕਾਵੋ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਮਨ ਤੇ ਨਿਰਮਲ ਕੀਤਾ ਨਹੀਂ ਟਿਕਾਇਆ ਤੇ ਹੈ ਨਹੀਂ ਆਖਦੇ ਹੋ ਵੀ ਆਰਤੀ ਉਤਾਰੀ ਹੈ ਤੋ ਅਬ ਮਤ ਕਿਆ ਤੂੰ ਫਲ ਪਾਵੋ ਮਹਾਰਾਜ ਕਹਿਣ ਲੱਗੇ ਬਣਦੇ ਅਭਾਨੀ ਪੰਡਤੋ ਫਲ ਕੀ ਪਾਵੋਗੇ ਜਿੰਨਾ ਚਿਰ ਮਨ ਵਿੱਚ ਹੰਕਾਰ ਮਾਨ ਹੈ ਉਹਨਾਂ ਚਿਰ ਫਲ ਦੀ ਪ੍ਰਾਪਤੀ ਨਹੀਂ ਹੋਣੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸੰਵਾਦ ਹੁੰਦਾ ਪਿਆ ਵਿਚਾਰ ਚਰਚਾ ਹੁੰਦੀ ਪਈ ਹੈ ਕਹਿਣ ਲੱਗੇ ਪਾਂਡੇ ਕਹੇ ਆਰਤੀ ਕੈਸੀ ਜਦੋਂ ਮਹਾਰਾਜ ਨੇ ਗੱਲਾਂ ਕਈਆਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਕੋਈ ਸਮਰੱਥ ਨੇ ਇਹ ਤੇ ਕੋਈ ਪੂਰਨ ਮਹਾਤਮਾ ਨੇ ਉਹਨਾਂ ਨੇ ਹੱਥ ਜੋੜੇ ਪੰਡਤਾਂ ਨੇ ਕਹਿਣ ਲੱਗੇ ਮਹਾਰਾਜ ਤੁਸੀਂ ਦੱਸੋ ਫਿਰ ਆਰਤੀ ਕਿਹੋ ਜੀ ਹੁੰਦੀ ਹੈ ਕਿਹੋ ਜੀ ਆਰਤੀ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਕੀ ਕਹਿ ਰਹੇ ਉਹਦੇ ਬਾਰੇ ਖੁੱਲ ਕੇ ਸਾਨੂੰ ਦੱਸਣਾ ਕਰੋ ਨਿਤ ਪ੍ਰਤ ਕਰਤ ਰਹੋ ਕਹ ਕੈਸੀ ਤੁਸੀਂ ਹੁਣੇ ਆਖਿਆ ਨਾ ਵੀ ਅਸੀਂ ਤੇ ਆਰਤੀ ਰੋਜ਼ ਹੀ ਕਰਦੇ ਆਂ ਤੇ ਆਰਤੀ ਵਿੱਚ ਰੋਜ਼ ਹੀ ਹਾਜ਼ਰੀ ਲਵਾਉਂਦੇ ਆਂ ਮਹਾਰਾਜ ਉਹ ਕਿਹੜੀ ਆਰਤੀ ਜਿਹੜੀ ਹਰ ਵੇਲੇ ਹੁੰਦੀ ਹੈ ਉਹ ਕਿਹੜੀ ਆਰਤੀ ਹੈ ਜਿਹਦੇ ਵਿੱਚ ਤੁਸੀਂ ਹਰ ਵੇਲੇ ਹਾਜ਼ਰੀ ਲਵਾਉਂਦੇ ਹੋ ਇਹ ਸਾਡਾ ਸਵਾਲ ਹੈ ਜਾਂ ਤੇ ਤੁਹਾਨੂੰ ਸਾਡੀ ਆਰਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ ਤੇ ਜਾਂ ਫਿਰ ਜਿਹੜੀ ਆਰਤੀ ਦਾ ਜ਼ਿਕਰ ਤੁਸੀਂ ਕੀਤਾ ਵੀ ਪ੍ਰਮਾਤਮਾ ਦੀ ਆਰਤੀ ਹਰ ਵੇਲੇ ਹੁੰਦੀ ਹੈ ਉਹਦੇ ਬਾਰੇ ਸਾਨੂੰ ਦੱਸੋ ਅਤੇ ਤੁਸੀਂ ਉਹਦੇ ਵਿੱਚ ਕਿਵੇਂ ਹਾਜ਼ਰੀ ਲਵਾਉਂਦੇ ਹੋ ਸਾਨੂੰ ਉਹ ਵੀ ਦੱਸਣਾ ਕਰੋ ਇਹ ਸਵਾਲ ਕਰ ਦਿੱਤਾ ਤਿੰਨ ਤੇ ਸੁਣ ਕੇ ਕਿਰਪਾ ਨਿਧਾਨਾ ਹੁਣ ਗੁਰੂ ਦਾਨਕ ਦੇ ਪਾਤਸ਼ਾਹ ਮਹਾਰਾਜ ਦੀ ਮદાન ਛੱਡ ਕੇ ਭਜਣ ਵਾਲੇ ਨਹੀਂ ਨਾ ਹੈਗੇ ਟਾਲਣ ਵਾਲੇ ਨਹੀਂ ਨਾ ਹੈਗੇ ਜਦੋਂ ਇਹ ਬਚਨ ਕੀਤਾ ਨਾ ਵੀ ਮਹਾਰਾਜ ਤੁਸੀਂ ਕਿਹੜੀ ਆਰਤੀ ਕਰਦੇ ਹੋ ਤੇ ਕਿਰਪਾ ਦੇ ਖਿਆਨੇ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਸੁਣੇ ਬਚਨ ਉਹਨਾਂ ਦੇ ਤੇ ਪਾਤਸ਼ਾਹ ਸੁਣ ਕੇ ਫਿਰ ਉਸ ਵੇਲੇ ਬਚਨਾਂ ਨੂੰ ਸ਼ਬਦ ਆਰਤੀ ਰੀਤ ਬਖਾਨਾ ਭਾਈ ਸੰਤੋਖ ਸਿੰਘ ਦੀ ਕਹਿਣ ਲੱਗੇ ਫਿਰ ਇਹ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉੱਥੇ ਉਚਾਰਿਆ ਜਗਨਨਾਥਪੁਰੀ ਵਿਖੇ ਗੁਰਮਖੋ ਇਹ ਇਸ ਸ਼ਬਦ ਦੀ ਉਥਾਨਕਾ ਹੈ ਭਾਵ ਇਹ ਸਾਨੂੰ ਪਤਾ ਲੱਗਾ ਵੀ ਸ਼ਬਦ ਕਦੋਂ ਉਚਾਰਿਆ ਕਿਹਦੇ ਨਾਲ ਬਾਦ ਸੰਵਾਦ ਕਰਦਿਆਂ ਵਿਚਾਰ ਚਰਚਾ ਕਰਦਿਆਂ ਔਰ ਕਿਸ ਜਗ੍ਹਾ ਦੇ ਉੱਪਰ ਉਚਾਰਿਆ ਹੈ ਇਸ ਦੀ ਉਥਾਨਿਕਾ ਜਗਨਨਾਥ ਪੁਰੀ ਮਹਾਰਾਜ ਗਹਿ ਰਹੇ ਗਏ ਹੋਏ ਨੇ ਮੰਗੂ ਮੱਟ ਦੇ ਸਥਾਨ ਤੇ ਮਹਾਰਾਜ ਜੀ ਬੈਠੇ ਹੋਏ ਪੰਡਤਾਂ ਦਾ ਵੇਖ ਕੇ ਪਖੰਡ ਤੇ ਉਹਨਾਂ ਦੇ ਮਨ ਦਾ ਲੋਭ ਤੇ ਈਰਖਾ ਵੇਖ ਕੇ ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਤੇ ਬਹੁਤ ਵੱਡਾ ਹੈ ਤੇ ਵੱਡੇ ਦੀ ਆਰਤੀ ਵੀ ਵੱਡੀ ਹੋਣੀ ਚਾਹੀਦੀ ਹੈ ਮਨ ਵਿੱਚ ਮੈਲ ਨਾ ਰੱਖੋ ਮਨ ਨੂੰ ਸਾਫ਼ ਕਰਕੇ ਉਹਦੀ ਉਤਾਰ ਆਰਤੀ ਜਿਹੜੀ ਉਤਾਰ ਨਾ ਕਰੋ ਤੇ ਫਿਰ ਇਹਨਾਂ ਨੇ ਅੱਗੇ ਸਵਾਲ ਕੀਤਾ ਮਹਾਰਾਜ ਤੁਸੀਂ ਆਖਦੇ ਹੋ ਹਰ ਵੇਲੇ ਆਰਤੀ ਹੁੰਦੀ ਹੈ ਕਿਹੜੀ ਆਰਤੀ ਸਾਨੂੰ ਕਿਰਪਾ ਕਰਕੇ ਦੱਸੋ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਫਿਰ ਇਹ ਜੋ ਸ਼ਬਦ ਆਪਾਂ ਸਰਵਨ ਕਰਨ ਜਾ ਰਹੇ ਹਾਂ ਇਹ ਸ਼ਬਦ ਉਥੇ ਫਿਰ ਮਹਾਰਾਜ ਸਾਹਿਬ ਜੀਆ ਨੇ ਬਖਸ਼ਿਸ਼ ਕੀਤਾ ਹੈ ਗगन ਮੈਂ ਥਾਲ ਰਵ ਚੰਨ ਦੀਪਕ ਬਣੈ ਸਤਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਹਿੰਦੇ ਗगन ਮੈਂ ਇਹ ਜੋ ਆਕਾਸ਼ ਹੈ ਨਾ ਇਹ ਆਕਾਸ਼ ਮਈ ਜਿਹੜਾ ਪਰਮਾਤਮਾ ਦੇ ਵਾਸਤੇ ਥਾਲ ਹੈ ਇਹ ਆਕਾਸ਼ ਆ ਨਾ ਬੜਾ ਵੱਡਾ ਜੇ ਆਕਾਸ਼ ਵੱਡਾ ਹੈ ਤੇ ਪਰਮਾਤਮਾ ਵੀ ਤੇ ਵੱਡਾ ਹੀ ਹੈ ਨਾ ਇਹ ਵੱਡਾ ਆਕਾਸ਼ ਪਰਮਾਤਮਾ ਦੀ ਆਰਤੀ ਵਾਸਤੇ ਥਾਲ ਸਜਾਇਆ ਹੋਇਆ ਕੁਦਰਤ ਨੇ ਇਹ ਥਾਲ ਹੈ ਆਕਾਸ਼ ਨੂੰ ਸਮਝ ਲੈਣਾ ਕਰੋ ਜੇ ਤੁਸੀਂ ਥਾਲ ਦੇ ਵਿੱਚ ਦੋ ਦੀਵੇ ਜਗਾਏ ਨੇ ਪਰ ਪਰਮਾਤਮਾ ਦੀ ਆਰਤੀ ਦੇ ਵਾਸਤੇ ਤੇ ਦੋ ਦੀਵੇ ਪਹਿਲਾਂ ਹੀ ਬਲਦੇ ਪੈ ਮਹਾਰਾਜੋ ਕਿਹੜੇ ਨੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਐ ਸੂਰ ਦੂਜਾ ਐ ਚੰਦਰਮਾ ਇਹ ਦੋ ਦੀਵੇ ਹਰ ਵੇਲੇ ਜਗਦੇ ਰਹਿੰਦੇ ਇੱਕ ਦਾ ਕੰਮ ਸਵੇਰ ਵੇਲੇ ਪ੍ਰਕਾਸ਼ ਕਰਦਾ ਇੱਕ ਦਾ ਕੰਮ ਰਾਤ ਵੇਲੇ ਤੁਹਾਡੇ ਦੀਵੇ ਤੇ ਬੁੱਝ ਜਾਣਗੇ ਤੇਲ ਮੁੱਕ ਜਾਏਗਾ ਘਿਓ ਮੁੱਕ ਜਾਏਗਾ ਬੱਤੀ ਸੜ ਜਾਏਗੀ ਪਾਉਣ ਵਾਲਾ ਜਗਾਉਣ ਵਾਲਾ ਲੇਟ ਆ ਗਿਆ ਕੋਈ ਪਹਿਲਾਂ ਆ ਗਿਆ ਇਹ ਤੇ ਦੀਵੇ ਬੁੱਝ ਜਾਣ ਵਾਲੇ ਮੁੱਕ ਜਾਣ ਵਾਲੇ ਪਰ ਜਿਹੜੇ ਦੀਵੇ ਪ੍ਰਮਾਤਮਾ ਦੀ ਆਰਤੀ ਵੀ ਜਗਦੇ ਪਏ ਉਹ ਮੁੱਕਣ ਵਾਲੇ ਨਹੀਂ ਉਹ ਖਤਮ ਨਹੀਂ ਹੋਣ ਵਾਲੇ ਹਰ ਵੇਲੇ ਸਮੇਂ ਤੇ ਜਗਦੇ ਪਏ ਗगन ਮੈਥਾਲ ਇਹ ਆਕਾਸ਼ ਰੂਪੀ ਥਾਲ ਹੈ ਇਹਦੇ ਵਿੱਚ ਪ੍ਰਮਾਤਮਾ ਦੀ ਆਰਤੀ ਵਾਸਤੇ ਦੋ ਦੀਵੇ ਜਗਦੇ ਪਏ ਇੱਕ ਚੰਦਰਮਾ ਤੇ ਦੂਜਾ ਸੂਰਜ ਹੈ ਪਾਤਸ਼ਾਹ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਜਿਹੜੇ ਦੋ ਦੀਵੇ ਹਨ ਉਹ ਜਗਦੇ ਪਏ ਹਨ ਤਾਰਕਾ ਮੰਡਲ ਜਨਕ ਮੋਤੀ ਇਹ ਜਿਹੜਾ ਤਾਰਿਆਂ ਦਾ ਮੰਡਲ ਹੈ ਜਿੰਨੇ ਵੀ ਤਾਰੇ ਟਿਮਟਮਾਉਂਦੇ ਨੇ ਨਾ ਮੰਡਲ ਤੋਂ ਭਾਵ ਗੁਰਮਖੋ ਹੁੰਦਾ ਸਮੂਹ ਜਿੰਨੇ ਵੀ ਸਮੂਹ ਤਾਰੇ ਨੇ ਸਾਨੂੰ ਤਾਰੇ ਕੁਝ ਜਿੱਥੇ ਅਸੀਂ ਖੜੇ ਹਾਂ ਨਾ ਤੇ ਉੱਪਰ ਨੂੰ ਦੇਖਾਂਗੇ ਸਾਨੂੰ ਕੁਝ ਕੁ ਥਾਵਾਂ ਤੇ ਤਾਰੇ ਦਿਸਣਗੇ ਸਾਰੇ ਆਕਾਸ਼ ਵਿੱਚ ਤਾਰੇ ਟਿਮਟਮਾਉਂਦੇ ਸਾਨੂੰ ਨਹੀਂ ਦਿਸਦੇ ਜਿੱਥੇ ਅਸੀਂ ਜਾਵਾਂਗੇ ਸਾਡੇ ਸਿਰ ਦੇ ਉੱਪਰ ਕੁਝ ਕੋਈ ਦਿਖਾਈ ਦਿੰਦੇ ਉਹਦੇ ਤੋਂ ਪਰੇ ਨਹੀਂ ਦਿਖਾਈ ਦਿੰਦੇ ਪਰ ਇੱਥੇ ਮਹਾਰਾਜ ਨੇ ਉਹਨਾਂ ਤਾਰਿਆਂ ਦੀ ਗੱਲ ਨਹੀਂ ਕੀਤੀ ਹੈ ਜਿਹੜੇ ਸਾਡੇ ਸਿਰ ਦੇ ਉੱਪਰ ਥੋੜੇ ਜਿਹਾ ਦਿਸਦੇ ਪੈ ਕਹਿਣ ਲੱਗੇ ਤਾਰਕਾ ਮੰਡਲ ਜਿੰਨਾਂ ਤਾਰਿਆਂ ਦਾ ਸਮੂਹ ਹੈ ਜਿੰਨੇ ਆ ਬ੍ਰਹਿਮੰਡ ਦੇ ਵਿੱਚ ਇਹ ਤਾਰੇ ਚਮਕਦੇ ਪੈਣ ਇਹ ਜਨਕ ਮੋਤੀ ਇਹ ਪ੍ਰਮਾਤਮਾ ਦੀ ਆਰਤੀ ਵਾਸਤੇ ਮੋਤੀ ਕਹੀਏ ਜਨਕ ਜੜੇ ਹੋਏ ਨੇ ਇਹ ਮੋਤੀ ਲੱਗੇ ਹੋਏ ਪਰਮਾਤਮਾ ਦੀ ਆਰਤੀ ਵਿੱਚ ਇਹ ਮੋਤੀ ਚਮਕਦੇ ਪੈ ਹਨ ਇਸ ਤਰ੍ਹਾਂ ਮਹਾਰਾਜ ਜੀ ਉਹਨਾਂ ਨੂੰ ਦੱਸਦੇ ਪੈ ਵੀ ਦੀਵੇ ਕੀ ਨੇ ਮੋਤੀ ਕੀ ਨੇ ਤੇ ਆਕਾਸ਼ ਥਾਲ ਕੀ ਹੈ ਬਖਸ਼ਿਸ਼ ਕਰਦੇ ਫਿਰ ਫਰਮਾਉਂਦੇ ਹਨ ਗगन ਮੈਂ ਥਾਲ ਰਵ ਚੰਨ ਦੀਪਕ ਬਣੈ ਤਾਰਕਾ ਮੰਡਲ ਜਨਕ ਮੋਤੀ ਤਾਰਕਾ ਮੰਡਲ ਜਨਕ ਮੋਤੀ ਮੋਤੀ ਜਿਹੜੇ ਨਾ ਪਰਮਾਤਮਾ ਦੀ ਸਿਫਤ ਵਿੱਚ ਇਹ ਤਾਰੇ ਇਕ ਇਹ ਜਨਕ ਤੋਂ ਭਾਵ ਇਹ ਜਾਣ ਲੈਣਾ ਕਰੋ ਦੂਜਾ ਅਰਥ ਜਨਕ ਤੋਂ ਭਾਵ ਜਾਣ ਲਓ ਇਹ ਜਿੰਨੇ ਤਾਰੇ ਨੇ ਆਕਾਸ਼ ਵਿੱਚ ਇਹ ਪ੍ਰਮਾਤਮਾ ਦੀ ਆਰਤੀ ਵਿੱਚ ਮੋਤੀਆਂ ਦਾ ਕੰਮ ਕਰਦੇ ਹਨ ਫਿਰ ਬਖਸ਼ਿਸ਼ ਕਰਦੇ ਹਨ ਤਾਰਕਾ ਮੰਡਲ ਜਨਕ ਮੋਤੀ ਗੁਣਖੋ ਜਨਕ ਨਾਮ ਪਿਤਾ ਦਾ ਵੀ ਹੈ ਮਹਾਰਾਜ ਕਹਿਣ ਲੱਗੇ ਜੋ ਪਿਤਾ ਹੈ ਨਾ ਪ੍ਰਮਾਤਮਾ ਉਹਦੀ ਸਿਫਤ ਵਿੱਚ ਇਹ ਜਿਹੜੇ ਮੋਤੀ ਨੇ ਇਹ ਜਿੰਨੇ ਤਾਰੇ ਨੇ ਇਹ ਲਗੇ ਹੋਏ ਨੇ ਜਨਕ ਨਾਮ ਪਿਤਾ ਦਾ ਤੇ ਪਿਤਾ ਕੌਣ ਹੈ ਪਰਮਾਤਮਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਬਚਨ ਪੜ੍ਹਦੇ ਆ ਨਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਹੈ ਮਾਤਾ ਪਿਤਾ ਜਿਸ ਨੇ ਬ੍ਰਹਿਮੰਡ ਬਣਾਇਆ ਹੈ ਉਸ ਪਿਤਾ ਰੂਪ ਪਰਮਾਤਮਾ ਦੀ ਆਰਤੀ ਦੇ ਵਿੱਚ ਇਹ ਜਿਹੜੇ ਮੋਤੀ ਨੇ ਤਾਰੇ ਇਹ ਲੱਗੇ ਹੋਏ ਨਤਾਰੇ ਮੂਤੀਆਂ ਦਾ ਕੰਮ ਕਰਦੇ ਪੈ ਐਸੇ ਪਿਤਾ ਪਰਮੇਸ਼ਰ ਦੀ ਆਰਤੀ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹਨ ਧੂਪ ਮੰਨਿਆ ਲੋ ਪਵਨ ਚਵਰੋ ਕਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਪਾਂਡਿਆ ਨੇ ਪੁੱਛਿਆ ਕਹਿੰਦੇ ਮਹਾਰਾਜ ਅਸੀਂ ਤੇ ਧੂਪ ਵੀ ਤਿਕਾਉਂਦੇ ਆ ਅਰਗਬੱਤੀ ਲਾਉਂਦੇ ਆ ਆਪ ਜੀ ਨੇ ਧੂਪ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜੇ ਜਿੰਨੇ ਵੀ ਜਾਗ ਹੋ ਰਹੇ ਨੇ ਨਾ ਦੁਨੀਆਂ ਦੇ ਉੱਪਰ ਤੇ ਉਹ ਜਗ ਦੇ ਵਿੱਚ ਜਿਹੜੀ ਅੱਗ ਬਲਦੀ ਪਈ ਐ ਤੇ ਅੱਗ ਦੇ ਵਿੱਚੋਂ ਧੂਆ ਨਿਕਲਦਾ ਪਿਆ ਜਦੋਂ ਪੰਡਤ ਲੋਗ ਜਾ ਕਰਦੇ ਨਾ ਹਵਨ ਕਰਦੇ ਤੇ ਲੱਕੜੀ ਦੇ ਉੱਪਰ ਫਿਰ ਉਸ ਵੇਲੇ ਸੁਗੰਧੀ ਵਾਲੀਆਂ ਵਸਤੂਆਂ ਪਾਈਆਂ ਜਾਂਦੀਆਂ ਫੁੱਲ ਪਾਏ ਜਾਂਦੇ ਸਮੱਗਰੀ ਪਾਈ ਜਾਂਦੀ ਕਿਉਂ ਵੀ ਪਾਇਆ ਜਾਂਦਾ ਉਹ ਜਿਹੜਾ ਧੂਆਂ ਨਿਕਲਦਾ ਪਿਆ ਪਾਤਸ਼ਾਹ ਕਹਿਣ ਲੱਗੇ ਜਿੰਨੇ ਵੀ ਜਾਗ ਹੋ ਰਹੇ ਨੇ ਉਹਨਾਂ ਜਗ੍ਹਾ ਵਿੱਚ ਉਹ ਜਿੰਨਾ ਧੂਆਂ ਨਿਕਲਦਾ ਪਿਆ ਇਹ ਪਰਮਾਤਮਾ ਨੂੰ ਭਾਈ ਧੂਪ ਹੋ ਰਹੀ ਹੈ ਇਹ ਧੂਪ ਹੁੰਦੀ ਹੈ ਹਰ ਵੇਲੇ ਜਿਹੜੀ ਜਗਦੀ ਪਈ ਹੈ ਹਰ ਵੇਲੇ ਜਾਗ ਹੋ ਰਹੇ ਨੇ ਤੇ ਪੰਡਤ ਕਹਿਣ ਲੱਗੇ ਮਹਾਰਾਜ ਫਿਰ ਅਸੀਂ ਤੇ ਚੰਦਨ ਵੀ ਛਿੜਕਦੇ ਆ ਨਾ ਲਿਆ ਕੇ ਪਾ ਕੇ ਕਿਸੇ ਬੋਤਲ ਦੇ ਵਿੱਚ ਆਪ ਜੀ ਨੇ ਚੰਦਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਜਿਹੜਾ ਮਲਿਆਗਰ ਪਹਾੜਤ ਹੈ ਨਾ ਭਾਈ ਇਦੇ ਉੱਪਰ ਜਿੰਨਾ ਵੀ ਚੰਦਨ ਲੱਗਿਆ ਹੋਇਆ ਇਹ ਗੁਆ ਦੀ ਸਾਈਡ ਤੇ ਕਲਕੱਤੇ ਦੀ ਸਾਈਡ ਤੇ ਕਹਿਣ ਲੱਗੇ ਵੀ ਐਸਾ ਇੱਕ ਪਰਬਤ ਹੈ ਜਿਸ ਨੂੰ ਮਲਿਆਗਰ ਪਰਬਤ ਆਖਿਆ ਜਾਂਦਾ ਉਹਦੇ ਉੱਪਰ ਚੰਦਨ ਦੇ ਬਹੁਤੇ ਬੂਟੇ ਉਹਦੇ ਵਿੱਚ ਬੜੀ ਸੁਗੰਧੀ ਆਉਂਦੀ ਹੈ ਪਾਤਸ਼ਾਹ ਕਹਿਣ ਲੱਗੇ ਜਿਹੜਾ ਮਲਿਆਗਰ ਪਰਬਤ ਹੈ ਨਾ ਭਾਈ ਇਹਦੇ ਉੱਪਰ ਜਿੰਨੇ ਚੰਦਨ ਲੱਗੇ ਹੋਏ ਉਹ ਚੰਦਨਾ ਦੀ ਸੁਗੰਧੀ ਜਿਹੜੀ ਹੈ ਇਹੋ ਹੀ ਪ੍ਰਮਾਤਮਾ ਦੇ ਉੱਪਰ ਚੰਦਨ ਛਿੜਕਿਆ ਜਾ ਰਿਹਾ ਹੈ ਏ ਆਰਤੀ ਦੇ ਵਿੱਚ ਚੰਦਨ ਜਿਹੜਾ ਹੈ ਸੁਗੰਧੀ ਦਾ ਕੰਮ ਕਰਦਾ ਪਿਆ ਐਸੀ ਆਰਤੀ ਉਸ ਨਿਰੰਕਾਰ ਦੀ ਹੋ ਰਹੀ ਹੈ ਜਦੋਂ ਇਹ ਬਚਨ ਕੀਤਾ ਤੇ ਅਗਲਾ ਸਵਾਲ ਕੀਤਾ ਕਹਿੰਦੇ ਮਹਾਰਾਜ ਅਸੀਂ ਤੇ ਚੋਰ ਵੀ ਕਰਦੇ ਆ ਨਾ ਹੱਥ ਵਿੱਚ ਵੇਖੋ ਚੋਰ ਫੜਿਆ ਮੂਰਤੀ ਤੇ ਕਰਦੇ ਪੈ ਪ੍ਰਮਾਤਮਾ ਦੇ ਉੱਪਰ ਚੋਰ ਕਿਹੜਾ ਹੋ ਰਿਹਾ ਫਿਰ ਉਹਦੇ ਬਾਰੇ ਵੀ ਆਪ ਜੀ ਦੱਸ ਦਿਓ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਪਵਨ ਚਵਰੋ ਕਰੇ ਇਹ ਜਿਹੜੀ ਹਵਾ ਚੱਲਦੀ ਪਈ ਉਹਨਾਂ ਹਵਾ ਦੇ ਬੁੱਲੇ ਆਉਂਦੇ ਕਦੇ ਉੱਤਰ ਤੋਂ ਲੈਂਦੇ ਨੂੰ ਕਦੇ ਲੈਂਦੇ ਤੋਂ ਚੜ੍ਹਦੇ ਨੂੰ ਹਵਾ ਚੱਲਦੀ ਹੈ ਕਹਿਣ ਲੱਗੇ ਵੀ ਇਹ ਪ੍ਰਮਾਤਮਾ ਦੇ ਉੱਪਰ ਭਾਈ ਚੌਰ ਹੋ ਰਿਹਾ ਹੈ ਹਵਾ ਹੀ ਉਹਨੂੰ ਚੌਰ ਕਰਨ ਵਾਸਤੇ ਲੱਗੀ ਹੋਈ ਹੈ ਇਹ ਪਵਨ ਦੇਵਤੇ ਦੀ ਡਿਊਟੀ ਹੈ ਵੀ ਤੂੰ ਪ੍ਰਮਾਤਮਾ ਦੀ ਆਰਤੀ ਵਿੱਚ ਚੌਰ ਦੀ ਸੇਵਾ ਕਰਨੀ ਹੈ ਕਹਿਣ ਲੱਗੇ ਤੁਸੀਂ ਇੱਕ ਚੌਰ ਪਕੜ ਕੇ ਛੋਟਾ ਜਾ ਤੇ ਆਖਦੇ ਹੋ ਵੀ ਚੌਰ ਕੀਤਾ ਹੈ ਵੱਡੇ ਪ੍ਰਮਾਤਮਾ ਦੀ ਵੱਡੀ ਆਰਤੀ ਦੇ ਵਿੱਚ ਚੌਰ ਵੀ ਵੱਡਾ ਹੋ ਰਿਹਾ ਜਿੰਨੀ ਹਵਾ ਚੱਲਦੀ ਪਈ ਇਹ ਜਿੰਨੇ ਵੀ ਪਵਨ ਦੇਵਤੇ ਨੇ ਸਾਰੇ ਉਸ ਨੂੰ ਚੋਰ ਕਰਨ ਵਾਸਤੇ ਲੱਗੇ ਹੋਏ ਹਨ ਸਗਲ ਬਨਰਾਏ ਫੁਲੰਤ ਜੋਤੀ ਫਿਰ ਉਹਨਾਂ ਨੇ ਅਗਲਾ ਸਵਾਲ ਕੀਤਾ ਕਿਉਂਕਿ ਪਾਂਡੇ ਵਿਦਵਾਨ ਨੇ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਹਾਰਾਜ ਨੂੰ ਘੇੜਨਾ ਚਾਹੁੰਦੇ ਕਿਸੇ ਨਾ ਕਿਸੇ ਪਾਸਿਓ ਵੀ ਇਹਨਾਂ ਨੇ ਸਾਨੂੰ ਟੋਕਿਆ ਹੈ ਆਪਾਂ ਕਿਸੇ ਨੂੰ ਟੋਕ ਦਈਏ ਨਾ ਵੀ ਆਹ ਕੰਮ ਗਲਤ ਕੀਤਾ ਤੇ ਅਗਲਾ ਫਿਰ ਕਿਤੇ ਨਾ ਕਿਤੇ ਦੇ ਸਾਡੇ ਨਾਲ ਖੈਬਾਜੀ ਕੱਢੇਗਾ ਕਿਤੇ ਨਾ ਕਿਤੇ ਸਾਨੂੰ ਪਸਾਉਣ ਦਾ ਯਤਨ ਕਰਦਾ ਵੀ ਇਹ ਵੀ ਮੇਰੀ ਲੱਤ ਥੱਲੇ ਆਵੇ ਤੇ ਤਾਂ ਗੱਲ ਬੰਦਈ ਐ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹਨਾਂ ਨੂੰ ਜਦੋਂ ਟੋਕਿਆ ਤੇ ਹੁਣ ਮਹਾਰਾਜ ਦੇ ਨਾਲ ਥਾਵਾ ਥਾਵਾ ਤੇ ਫਿਰ ਸਵਾਲ ਕਰਦੇ ਪਏ ਕਹਿਣ ਲੱਗੇ ਪਾਤਸ਼ਾਹ ਜੀ ਅਸੀਂ ਤੇ ਆ ਵੇਖੋ ਥਾਲੀ ਵਿੱਚ ਫੁੱਲ ਵੀ ਰੱਖੇ ਨੇ ਤੇ ਫੁੱਲਾਂ ਨੂੰ ਭੇਟ ਵੀ ਕਰਦੇ ਆ ਤੁਸੀਂ ਪਰਮਾਤਮਾ ਦੀ ਵੱਡੀ ਆਰਤੀ ਦਾ ਜ਼ਿਕਰ ਤੇ ਕੀਤਾ ਪਰ ਫੁੱਲ ਤੇ ਤੁਸੀਂ ਦੱਸੇ ਕੋਈ ਨਹੀਂ ਵੀ ਫੁੱਲ ਕਿਹੜੇ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਸਗਲ ਬਨ ਰਾਏ ਇਹ ਜਿੰਨੀ ਵੀ ਬਨਰਾਇਕ ਇਹ ਬਨਸਪਤੀ ਹੈ ਧਰਤੀ ਦੇ ਉੱਪਰ ਇਹ ਸਾਰੀ ਦੀ ਸਾਰੀ ਰੁੱਖਾਂ ਨੂੰ ਲੱਗੇ ਹੋਏ ਨੇ ਫੁੱਲ ਨਿੱਕੇ ਨਿੱਕੇ ਬੂਟਿਆਂ ਨੂੰ ਲੱਗੇ ਹੋਏ ਫੁੱਲ ਜਿੰਨੇ ਵੀ ਫੁੱਲ ਖਿੜੇ ਹੋਏ ਨੇ ਜਿੰਨੀ ਵੀ ਬਨਸਪਤੀ ਹੈ ਹਰੇ ਪੱਤਿਆਂ ਵਾਲੀ ਪੀਲੇ ਪੱਤਿਆਂ ਵਾਲੀ ਵੱਖ-ਵੱਖ ਫੁੱਲਾਂ ਦੇ ਰੰਗ ਨੇ ਕਹਿਣ ਲੱਗੇ ਜਿੰਨੀ ਵੀ ਭਾਈ ਇਹ ਬਨਸਪਤੀ ਖੜੀ ਹੋਈ ਹੈ ਨਾ ਉੱਗੀ ਹੋਈ ਹੈ ਨਾ ਇਸਾਰੀ ਦੀ ਸਾਰੀ ਉਸ ਪਰਮਾਤਮਾ ਦੀ ਆਰਤੀ ਦੇ ਵਿੱਚ ਫੁੱਲਾਂ ਦਾ ਕੰਮ ਕਰ ਰਹੀ ਹੈ ਇਹ ਵੱਡੀਆਂ ਵੱਡੀਆਂ ਦਾਤਾਂ ਵੱਡੀਆਂ ਵੱਡੀਆਂ ਵਸਤੂਆਂ ਉਹਦੀ ਆਰਤੀ ਵਿੱਚ ਹਾਜ਼ਰੀ ਲਵਾਉਂਦੀਆਂ ਪਈਆਂ ਧੂਪ ਮੱਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਜਿੰਨੀ ਵੀ ਬਨਰਾਏ ਬਨਸਪਤੀ ਹੈ ਇਹ ਭਾਈ ਫੁੱਲਾਂ ਦੇ ਵਾਂਗ ਪ੍ਰਮਾਤਮਾ ਦੇ ਉੱਪਰ ਭੇਟ ਹੋ ਰਹੀ ਹੈ ਇਹ ਜਾਣ ਲੋ ਵੀ ਆਰਤੀ ਦੇ ਵਿੱਚ ਫੁੱਲ ਭੇਟਾ ਹੁੰਦੇ ਪੈ ਐਸੀ ਉਸ ਪ੍ਰਮਾਤਮਾ ਦੀ ਵੱਡੀ ਆਰਤੀ ਹੈ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਸਤਿਗੁਰੂ ਪਾਤਸ਼ਾਹ ਕਹਿਣ ਲਗੇ ਇਹ ਭਾਵ ਸੰਸਾਰ ਦੇ ਵਿੱਚ ਜੰਮਣ ਤੇ ਮਰਨ ਦੇ ਦੁੱਖ ਨੂੰ ਖੰਡਨ ਨਾਸ ਕਰਨ ਵਾਲੇ ਜੰਮਣ ਤੇ ਮਰਨ ਦੀ ਪੀੜਾ ਨੂੰ ਨਾਸ ਕਰਨ ਵਾਲੇ ਪ੍ਰਮਾਤਮਾ ਤੇਰੀ ਆਰਤੀ ਇਹ ਹੋ ਰਹੀ ਹੈ ਤੇਰੀ ਆਰਤੀ ਕਿਉਂਕਿ ਪ੍ਰਮਾਤਮਾ ਹੀ ਹੈ ਜਿਹਦੇ ਹੱਥ ਵਿੱਚ ਜੰਮਣ ਤੇ ਮਰਨ ਦੀ ਡੋਰੀ ਹੈ ਜੰਮਣਾ ਤੇ ਮਰਨਾ ਕਿਹਦਾ ਬਾਹਰ ਕੱਢਣਾ ਕਿੰ ਨੂੰ ਪਾਉਣਾ ਹੈ ਪ੍ਰਮਾਤਮਾ ਦੇ ਹੱਥ ਵਿੱਚ ਹੈ ਉਹਦੇ ਹੁਕਮ ਦੇ ਵਿੱਚ ਹੈ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵ ਖੰਡਨਾ ਐ ਸੰਸਾਰ ਦੇ ਕਹਿਣ ਲੱਗੇ ਜੰਮਣ ਤੇ ਮਰਨ ਨੂੰ ਅਭਾਵ ਕਰਨ ਵਾਲੇ ਦੂਰ ਕਰਨ ਵਾਲੇ ਪਰੇ ਕਰਨ ਵਾਲੇ ਪ੍ਰਮਾਤਮਾ ਤੇਰੀ ਆਰਤੀ ਇਹ ਹੋ ਰਹੀ ਹੈ ਤੇਰੀ ਆਰਤੀ ਫਿਰ ਬਚਨ ਆਖਿਆ ਕੈਸੀ ਆਰਤੀ ਇਹਦੇ ਤੋਂ ਬਿਨਾ ਹੋਰ ਕਿਸ ਤਰ੍ਹਾਂ ਦੀ ਆਰਤੀ ਹੋ ਸਕਦੀ ਹੈ ਭਾਵ ਨਹੀਂ ਹੋ ਸਕਦੇ ਕੈਸੀ ਆਰਤੀ ਹੋਏ ਭਾਵ ਖੰਡਨਾ ਇਹ ਭਾਵ ਸੰਸਾਰ ਦੇ ਜੰਮਣ ਮਰਨ ਦੇ ਦੁਖਾਂ ਨੂੰ ਖੰਡਨ ਕਰਨ ਵਾਲੇ ਪ੍ਰਮਾਤਮਾ ਇਹ ਤੇਰੀ ਆਰਤੀ ਹੋ ਰਹੀ ਹੈ ਜਿਹੜੀ ਅਸੀਂ ਵਰਣਨ ਕੀਤੀ ਹੈ ਇਹਦੇ ਤੋਂ ਬਿਨਾ ਕੈਸੀ ਆਰਤੀ ਹੋਏ ਹੋਰ ਕਿਸ ਤਰ੍ਹਾਂ ਦੀ ਆਰਤੀ ਹੋ ਸਕਦੀ ਨਹੀਂ ਹੋ ਸਕਦੀ ਇਹੋ ਹੀ ਤੇਰੀ ਆਰਤੀ ਹੋ ਰਹੀ ਹੈ ਜਿਸ ਬਾਰੇ ਅਸੀਂ ਜ਼ਿਕਰ ਕੀਤਾ ਹੈ ਅਨਹਤਾ ਸ਼ਬਦ ਵਜਨਤ ਭੇਰੀ ਸਤਿਗੁਰਾਂ ਨੇ ਜਦੋਂ ਇਹ ਬਚਨ ਕੀਤੇ ਨਾ ਤੇ ਉਸ ਵੇਲੇ ਪਾਂਡਿਆਂ ਨੇ ਸਵਾਲ ਕੀਤਾ ਕਹਿਣ ਲੱਗੇ ਮਹਾਰਾਜ ਅਸੀਂ ਤੇ ਭੇਰੀਆਂ ਵਜਾਉਂਦੇ ਪੈ ਨਿੱਕੇ ਨਿੱਕੇ ਬਾਜੇ ਵਜਾਉਣ ਵਾਲੇ ਵੇਖੋ ਆਰਤੀ ਦੇ ਵਿੱਚ ਸਾਡੇ ਨਿੱਕੇ ਨਿੱਕੇ ਪੇਰੀਆਂ ਨਫੀਰੀਆਂ ਇਹ ਵਾਜੇ ਵਜਦੇ ਪੈ ਧੁਨੀ ਪੈਦਾ ਹੋ ਰਹੀ ਹੈ ਆਰਤੀ ਦਾ ਜ਼ਿਕਰ ਤੇ ਤੁਸੀਂ ਕੀਤਾ ਪਰ ਮਹਾਰਾਜ ਇੱਥੇ ਉਹ ਪੇਰੀਆਂ ਦਾ ਜ਼ਿਕਰ ਆਪ ਜੀ ਨੇ ਕੋਈ ਨਹੀਂ ਕੀਤਾ ਨਫੀਰੀਆਂ ਕਿਹੜੀਆਂ ਵਜਦੀਆਂ ਪਿਆ ਸਾਜ਼ ਕਿਹੜੇ ਵਜਦੇ ਪੈ ਉਹਦੇ ਬਾਰੇ ਆਪ ਜੀ ਨੇ ਦੱਸਿਆ ਹੀ ਨਹੀਂ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਅਨਹਤਾ ਸ਼ਬਦ ਅਨਹਤਾ ਤੋਂ ਭਾਵ ਹੁੰਦਾ ਇੱਕ ਰਸ ਜਿਹੜਾ ਟੁੱਟੇ ਨਾ ਜਿਹੜਾ ਲਗਾਤਾਰ ਚੱਲਦਾ ਰਹੇ ਉਸ ਨੂੰ ਕਿਹਾ ਜਾਂਦਾ ਇੱਕ ਰਾਸ ਕਹਨ ਲੱਗੇ ਅਨਹਤਾ ਇੱਕ ਰਸ ਸ਼ਬਦ ਜਿਹੜੀਆਂ ਵੇਦਾਂ ਦੀਆਂ ਧੁਨੀਆਂ ਨੇ ਵੇਦ ਧੁਨੀ ਜਿਹੜੀ ਹੋ ਰਹੀ ਹੈ ਨਾ ਬਾਜੰਤ ਭੇਰੀ ਇਹ ਬਾਜਾ ਵੱਜਦਾ ਪਿਆ ਇਹ ਭੇਰੀ ਰੂਪੀ ਬਾਜਾ ਵੱਜਦਾ ਪਿਆ ਤੁਸੀਂ ਆਖਦੇ ਹੋ ਸੀ ਬਾਜਾ ਵਜਾਉਂਦੇ ਪੈ ਤੁਹਾਡੇ ਕੋਲ ਇੱਕ ਨਿੱਕਾ ਜਿਹਾ ਬਾਜਾ ਹੈ ਇਹਦੀ ਬਾਜ ਤੇ ਇੱਥੇ ਹੀ ਹੈ ਬਹੁਤੀ ਦੂਰ ਨਹੀਂ ਹੈ ਪਰ ਪ੍ਰਮਾਤਮਾ ਦੀ ਸਿਫਤ ਵਿੱਚ ਜਿਹੜਾ ਵੇਦ ਰੂਪੀ ਬਾਜਾ ਵੱਜਦਾ ਪਿਆ ਸਾਰੇ ਬ੍ਰਹਿਮੰਡ ਦੇ ਵਿੱਚ ਉਦਾ ਹੁਕਮ ਸੁਨਾਈ ਦੇ ਰਿਹਾ ਹੈ ਉਹਦੀ ਮਰਿਆਦਾ ਸੁਨਾਈ ਦੇ ਰਹੀ ਹੈ ਐਸੇ ਉਸ ਪ੍ਰਮਾਤਮਾ ਦੀ ਸਿਫਤ ਵਿੱਚ ਭਾਈ ਇਹ ਜੜੀਆਂ ਭੇਰੀਆਂ ਨਫੇਰੀਆਂ ਇਹ ਗੁਰਮੁਖੋ ਵਾਜਿਆਂ ਦੇ ਨਾਮ ਨੇ ਸਾਜਾਂ ਦੇ ਨਾਮ ਨੇ ਐਸੇ ਸਾਜ ਉਹਦੀ ਆਰਤੀ ਦੇ ਵਿੱਚ ਆਪਣੀ ਆਪਣੀ ਹਾਜ਼ਰੀ ਲਵਾਉਂਦੇ ਹਨ ਰਹਾਓ ਸੈਸ ਤਵ ਨਨ ਨਨ ਹੈ ਤੋਇ ਕੋ ਸੈਸ ਮੂਰਤ ਨਨ ਇੱਕ ਤੋਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲਗੇ ਐ ਪ੍ਰਮਾਤਮਾ ਤੂੰ ਬਹੁਤ ਵੱਡਾ ਬਿਆੰਤ ਹੈ ਕਿੱਡਾ ਵੱਡਾ ਬਿਆੰਤ ਹੈ ਸਹ ਸਤਾਵ ਨੈਣ ਜੇ ਤੇਰੇ ਸਰਗੁਣ ਸਰੂਪ ਦੀ ਗੱਲ ਕਰੀਏ ਨਾ ਤੇ ਸਰਗੁਣ ਸਰੂਪ ਦੇ ਵਿੱਚ ਤੇਰੇ ਹਜ਼ਾਰਾਂ ਹੀ ਨੇਤਰ ਹਨ ਸਹਸ ਤੋਂ ਭਾਵ ਹਜ਼ਾਰ ਹਜ਼ਾਰਾਂ ਹੀ ਤੇਰੇ ਨੇਤਰ ਨੇ ਸਰਗੁਣ ਸਰੂਪ ਕਿਹੜਾ ਹੈ ਜਿਹੜਾ ਹਰੇਕ ਉਹ ਜੀਵ ਦੇ ਵਿੱਚ ਆਇਆ ਹੋਇਆ ਸਾਡੇ ਅੰਦਰ ਬੈਠਾ ਹੋਇਆ ਨਾ ਕੱਲਾ ਸਾਡੇ ਨਹੀਂ ਜਿੰਨੇ ਵੀ ਪਸ਼ੂ ਪੰਛੀ ਪੈਦਾ ਕੀਤੇ ਜੋ ਵੀ ਬ੍ਰਹਿਮੰਡ ਦੇ ਵਿੱਚ ਪੈਦਾ ਹੋਇਆ ਹੈ ਉਨ੍ਹਾਂ ਦੇ ਵਿੱਚ ਆਪ ਉਹ ਬੈਠਾ ਹੋਇਆ ਕਹਿਣ ਲੱਗੇ ਤੂੰ ਆ ਬੈਠਾ ਹੁਣ ਕਰਕੇ ਅਕਾਲ ਪੁਰਖ ਜੀ ਹਜ਼ਾਰਾਂ ਹੀ ਤੁਹਾਡੇ ਨੇਤਰ ਹਨ ਸਹਿ ਸਤਾਵ ਨੈਣ ਆਪ ਜੀ ਦੇ ਨੈਣ ਨੇਤਰ ਜਿਹੜੇ ਨੇ ਸਹਿਸ ਕਈਏ ਹਜ਼ਾਰਾਂ ਹੀ ਹਨ ਸਰਗੁਣ ਸਰੂਪ ਹੋਣ ਕਰਕੇ ਜੋ ਆਪ ਜੀ ਸਾਰੇ ਬ੍ਰਹਿਮੰਡ ਨੂੰ ਦੇਖਦੇ ਪੈ ਹੋ ਨੈਣ ਹੈ ਤੋਹੇ ਕੋ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਨ ਨੈਣ ਹੈ ਤੋਹੇ ਕੋ ਜੇ ਤੇਰੇ ਨਿਰਗੁਣ ਸਰੂਪ ਦੀ ਗੱਲ ਕਰੀਏ ਤੇ ਨੰਨ ਤੋਂ ਭਾਵ ਨਹੀਂ ਹੈ ਤੇਰਾ ਕੋਈ ਵੀ ਨੇਤਰ ਕਿਉਂਕਿ ਨਿਰਗੁਣ ਸਰੂਪ ਦੇ ਵਿੱਚ ਫਿਰ ਸਰੀਰ ਨਹੀਂ ਆ ਜਾਂਦਾ ਤੇ ਸਰੀਰ ਨਾ ਹੋਣ ਕਰਕੇ ਫਿਰ ਨੇਤਰ ਵੀ ਨਹੀਂ ਆਉਂਦੇ ਸਰਗੁਣ ਸਰੂਪ ਦੀ ਵਿਚਾਰ ਕਰੀਏ ਤੇ ਹਜ਼ਾਰਾਂ ਨੇਤਰ ਨੇ ਨਿਰਗੁਣ ਸਰੂਪ ਦੀ ਵਿਚਾਰ ਕਰੀਏ ਤੇ ਆਪ ਜੀ ਦਾ ਕੋਈ ਨੇਤਰ ਹੈ ਹੀ ਨਹੀਂ ਹੈ ਐਸਾ ਆਪ ਜੀ ਦਾ ਸਰੂਪ ਹੈ ਸਹਿਸ ਮੂਰਤ ਨਾ ਇੱਕ ਤੋਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੇ ਆਪ ਜੀ ਦੇ ਸਰਗੁਣ ਸਰੂਪ ਦੀ ਵਿਚਾਰ ਕਰੀਏ ਤੇ ਪਰਮਾਤਮਾ ਸਹਿਸ ਮੂਰਤ ਇਹ ਸਰੀਰਾਰੂਪੀ ਹਜ਼ਾਰਾਂ ਹੀ ਮੂਰਤੀਆਂ ਹਨ ਜਿਨ੍ਹਾਂ ਵਿੱਚ ਆਪ ਜੀ ਬਰਾਜੇ ਹੋਏੋ ਜਿਦੇ ਵਿੱਚ ਆਪ ਜੀ ਬੈਠੇ ਹੋਏ ਹੋ ਸਰਗੁਣ ਸਰੂਪ ਦੇ ਵਿੱਚ ਆਪ ਜੀ ਦੀਆਂ ਹਜ਼ਾਰਾਂ ਮੂਰਤੀਆਂ ਹਨ ਤੇ ਨਾ ਨਾ ਏਕ ਤੋ ਹੀ ਨਿਰਗੁਣ ਸਰੂਪ ਦੀ ਵਿਚਾਰ ਕਰੀਏ ਤੇ ਆਪ ਜੀ ਦੀ ਕੋਈ ਮੂਰਤੀ ਹੈ ਹੀ ਨਹੀਂ ਸਰੂਪ ਕੋਈ ਹੈ ਹੀ ਨਹੀਂ ਚਕਰ ਚਿਹਨ ਏਰ ਵਰਣ ਜਾਤ ਏਰ ਪਾਤ ਨਹਿਨ ਜਿਹੇ ਰੂਪ ਰੰਗ ਏਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਮਤੂਜ ਕਹਿਜੈ ਉਟ ਇੰਦਰ ਇੰਦ੍ਰਾਨ ਸਾਹੇ ਸਾਹਾਨ ਗਨਿਜੈ ਤਿਰ ਭਵਨ ਮਹੀਪ ਸੁਰਨਰ ਅਸੁਰ 네ਤ 네ਤ ਬਾਨ ਤ੍ਰਿਣ ਕਹਿਤ ਤੋ ਐ ਸਰਬਨਾਮ ਕਥੈ ਕਵਨ ਇਹ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਬਖਸ਼ਿਸ਼ ਕੀਤੇ ਕਹਿਣ ਲਗੇ ਜੇ ਆਪ ਦੀ ਨਿਰਗੁਣ ਸਰੂਪ ਦੀ ਗੱਲ ਕਰੀਏ ਤੇ ਕੋਈ ਰੰਗ ਕੋਈ ਰੂਪ ਕੋਈ ਜਾਤ ਕੋਈ ਪਾਤ ਕੋਈ ਮਾਤਾ ਕੋਈ ਪਿਤਾ ਕੁਝ ਵੀ ਨਹੀਂ ਹੈ ਇਥੇ ਬਚਨ ਕਰਦੇ ਨਾ ਨਾ ਏਕ ਤੋਹੀ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦੀ ਕੋਈ ਮੂਰਤੀ ਨਹੀਂ ਹੈ ਸਹਿਸ ਪਦ ਬਿਮਲਨ ਇੱਕ ਪਦ ਗੰਧ ਬਿਨ ਸਤਿਗੁਰੂ ਪਾਤਸ਼ਾਹ ਕਹਿਣ ਲਗੇ ਸਹਿਸ ਪਦ ਬਿਮਲ ਇਹ ਜਿਹੜਾ ਸ਼ਬਦ ਆਪਾਂ ਪੜ੍ਹਦੇ ਪੈਣਾ ਇਹਦੇ ਵਿਸ਼ਰਾਮ ਵੀ ਇਸੇ ਤਰ੍ਹਾਂ ਹੀ ਨੇ ਸੋ ਇਹਦੇ ਵਿਸ਼ਰਾਮ ਥੋੜੇ ਮਹੰਗੇ ਨੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਸਤਿਗੁਰੂ ਪਾਤਸ਼ਾਹ ਕਹਿਣ ਲਗੇ ਪ੍ਰਮਾਤਮਾ ਜੀ ਆਪ ਜੀ ਦੇ ਜੇ ਸਰਗੁਣ ਸਰੂਪ ਦੀ ਗੱਲ ਕਰੀਏ ਤੇ ਹਜ਼ਾਰਾਂ ਹੀ ਆਪ ਜੀ ਦੇ ਪਦ ਕਈਏ ਚਰਨ ਨੇ ਨਿਰਮਲ ਚਰਨ ਪਵਿੱਤਰ ਚਰਨ ਸਾਧੂਆਂ ਦੇ ਰੂਪ ਦੇ ਵਿੱਚ ਗੁਰੂ ਕੀ ਸੰਗਤ ਦੇ ਰੂਪ ਦੇ ਵਿੱਚ ਹਜ਼ਾਰਾਂ ਹੀ ਆਪ ਜੀਆਂ ਦੇ ਪਵਿੱਤਰ ਚਰਨ ਹਨ ਸਹਸ ਪਾਦ ਬਿਮਲ ਹਜ਼ਾਰਾਂ ਹੀ ਆਪ ਜੀਆਂ ਦੇ ਬਿਮਲ ਕਈਏ ਉਜਲ ਚਰਨ ਹਨ ਕਿਸ ਤਰ੍ਹਾਂ ਹਨ ਕਿਉਂਕਿ ਆਪ ਜੀ ਸਰਗੁਣ ਸਰੂਪ ਹੋ ਸਾਰਿਆਂ ਵਿੱਚ ਆ ਕੇ ਬੈਠੇ ਹੋਏ ਤੇ ਸਾਰੇ ਚਰਨ ਜਿੰਨੇ ਵੀ ਦੁਨੀਆ ਦੇ ਆਪ ਜੀ ਨੇ ਬਖਸ਼ਿਸ਼ ਕੀਤੇ ਉਹ ਸਾਰੇ ਆਪ ਜੀ ਦੇ ਹਾਨ ਨਨ ਏਕ ਪਦ ਗੰਧ ਬਿਨ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਨ ਏਕ ਪਦ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਕੋਈ ਹੈ ਹੀ ਨਹੀਂ ਹੈ ਪੈਰ ਹੈ ਹੀ ਕੋਈ ਨਹੀਂ ਕਿਉਂਕਿ ਨਿਰਗੁਣ ਸਰੂਪ ਦਾ ਕੋਈ ਹੈ ਹੀ ਨਹੀਂ ਨਾ ਲਖਸ਼ਾ ਆਪਾਂ ਦੱਸ ਹੀ ਨਹੀਂ ਸਕਦੇ ਤੇ ਫਿਰ ਤੇ ਉਹ ਪ੍ਰਕਾਸ਼ ਰੂਪ ਹੀ ਹੈ ਪਾਤਸ਼ਾਹ ਕਹਿਣ ਲੱਗੇ ਨਨ ਏਕ ਪਦ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਕੋਈ ਚਰਨ ਹੈ ਹੀ ਨਹੀਂ ਐਸੇ ਆਪ ਜੀ ਵੱਡੇ ਹੋ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਤਿਗੁਰੂ ਪਾਤਸ਼ਾਹ ਕਹਿਣ ਲਗੇ ਐ ਅਕਾਲ ਪੁਰਖ ਜੀ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਜੋ ਘ੍ਰਣਾ ਇੰਦਰਾ ਹੈ ਜਿਸ ਨੂੰ ਆਪਾਂ ਨੱਕ ਕਹਿ ਦਿੰਨੇ ਆ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਕੋਈ ਨੱਕ ਹੈ ਹੀ ਨਹੀਂ ਸੁਗੰਧੀ ਲੈਣ ਵਾਲਾ ਮਹਾਰਾਜ ਜੀਆ ਦਾ ਬਚਨ ਕਹਿਣ ਲਗੇ ਗੰਧ ਬੇਨ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਜੋ ਘਰਣਾ ਇੰਦਰਾ ਹੈ ਸੁਗੰਧੀ ਲੈਣ ਵਾਲਾ ਨੱਕ ਹੈ ਹੈ ਹੀ ਕੋਈ ਨਹੀਂ ਹੈ ਤੇ ਸੈਸਤਾ ਵਗੰਧ ਜੇ ਸਰਗੁਣ ਸਰੂਪ ਦੀ ਗੱਲ ਕਰੀਏ ਤੇ ਹਜ਼ਾਰਾਂ ਆਪ ਜੀ ਦੇ ਨੱਕ ਨੇ ਰੇਕ ਦੇ ਰਹੀਂ ਆਪ ਜੀ ਸਾਹ ਲੈਂਦੇ ਪੈ ਸੁਗੰਧੀ ਲੈਂਦੇ ਪੈ ਸਰਗੁਣ ਸਰੂਪ ਦੇ ਵਿੱਚ ਆਪ ਜੀ ਦੇ ਐਸੇ ਕਈ ਨੱਕ ਹਨ ਇਵਚਲਤ ਮੋਹੀ ਇਹ ਆਪ ਜੀ ਦਾ ਚਲਤ ਵੇਖ ਕੇ ਨਾ ਕੌਤਕ ਸਾਡੀ ਬੁੱਧੀ ਜਿਹੜੀ ਹੈ ਉਹ ਮੋਹੀ ਗਈ ਹੈ ਯਤਨ ਇਹ ਕਰੀਦਾ ਹੈ ਕਿ ਗੁਰਬਾਣੀ ਦਾ ਅਰਥ ਬਿਲਕੁਲ ਸੌਖਾ ਹੋ ਜਾਵੇ ਜਿਹੜਾ ਸਾਨੂੰ ਸਮਝ ਆ ਜਾਵੇ ਸੋ ਇਹ ਜਿਹੜੇ ਸ਼ਬਦ ਦੇ ਅਰਥ ਨੇ ਆਪਾਂ ਤਾਂ ਵੱਖ-ਵੱਖ ਸ਼ਬਦਾਂ ਨੂੰ ਵੱਖ-ਵੱਖ ਕਰਕੇ ਉਹਨੂੰ ਸਮਝਣ ਦਾ ਯਤਨ ਕਰਦੇ ਪਏ ਕਿ ਪ੍ਰਮਾਤਮਾ ਐਸਾ ਆਪ ਜੀ ਦਾ ਕੌਤਕ ਵੇਖ ਕੇ ਸਾਡੀ ਬੁੱਧੀ ਮੋਹੀ ਗਈ ਹੈ ਕਿਤੇ ਆਪ ਜੀ ਦੇ ਹਜ਼ਾਰਾਂ ਚਰਨ ਨੇ ਕਿਤੇ ਇੱਕ ਵੀ ਨਹੀਂ ਕਿਤੇ ਹਜ਼ਾਰਾਂ ਨੇਤਰ ਨੇ ਕਿਤੇ ਇੱਕ ਵੀ ਨਹੀਂ ਕਿਤੇ ਹਜ਼ਾਰਾਂ ਨੱਕ ਨੇ ਕਿਤੇ ਇੱਕ ਵੀ ਨਹੀਂ ਪਰਮਾਤਮਾ ਐਸਾ ਕੌਤਕ ਵੇਖ ਕੇ ਚਲਤ 모ਹੀ ਆਪ ਜੀ ਦੇ ਚਲਤ ਕੌਤਕ ਵੇਖ ਕੇ ਨਾ 모ਹੀ ਮੇਰੀ ਬੁੱਧੀ 모ਹੀ ਗਈ ਹੈ ਮੈਂ ਤੇ 모ਹ ਧੋ ਕੇ ਆਪ ਜੀ ਦੇ ਐਸੇ ਕੌਤਕ ਵੇਖ ਕੇ ਸਭ ਮਹ ਜੋਤ ਜੋਤ ਹੈ ਸੋਏ ਇਹ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਸਭ ਮਹ ਜੋਤ ਇਹ ਜਿੰਨੀਆਂ ਵੀ ਜੋਤਾਂ ਜਗਦੀਆਂ ਪਈਆਂ ਇਸ ਸਾਰੀਆਂ ਜੋਤਾਂ ਵਿੱਚ ਆਪ ਜੀ ਬੈਠੇ ਹੋਇਓ ਕਿਹੜੀ ਕਿਹੜੀ ਛੇ ਤਰ੍ਹਾਂ ਦੀਆਂ ਜੋਤੀਆਂ ਮੰਨੀਆਂ ਵਿਦਵਾਨਾਂ ਨੇ ਪ੍ਰਕਾਸ਼ ਕਰਨ ਵਾਲੀਆਂ ਛੇ ਵਸਤੂਆਂ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਮੰਨੀਆਂ ਨੇ ਪਰ ਉਹਨਾਂ ਛੇਆਂ ਵਸਤੂਆਂ ਦੇ ਪਿੱਛੇ ਵੀ ਪ੍ਰਮਾਤਮਾ ਆਪ ਹੀ ਉਹ ਜਿਹੜੇ ਉਹਨਾਂ ਨੂੰ ਪ੍ਰਕਾਸ਼ ਦਿੰਦੇ ਪਏ ਸਭ ਮਹਿ ਜੋਤ ਉਹ ਕਿਹੜੀਆਂ ਕਿਹੜੀਆਂ ਜੋਤਾਂ ਨੇ ਛੇਆਂ ਜੋਤਾਂ ਵਿੱਚੋਂ ਇੱਕ ਸੂਰਜ ਨੂੰ ਮੰਨਿਆ ਜਾਂਦਾ ਜੋਤ ਪ੍ਰਕਾਸ਼ ਦੇਣ ਵਾਲਾ ਦੂਜਾ ਮੰਨਿਆ ਜਾਂਦਾ ਚੰਦਰਮਾ ਨੂੰ ਤੀਜਾ ਮੰਨਿਆ ਜਾਂਦਾ ਤਾਰਿਆਂ ਨੂੰ ਤੇ ਚੌਥਾ ਮੰਨਿਆ ਜਾਂਦਾ ਜਿਹੜੀ ਆਕਾਸ਼ ਵਿੱਚ ਬਿਜਲੀ ਚਮਕਦੀ ਆ ਨਾ ਜਦੋਂ ਬੱਦਲ ਆਉਂਦੇ ਨੇ ਇਹਦਾ ਆਪਣਾ ਚਾਨਣ ਹੈ ਇਹਦਾ ਆਪਣਾ ਪ੍ਰਕਾਸ਼ ਹੈ ਤੇ ਪੰਜਵਾਂ ਪ੍ਰਕਾਸ਼ ਦਾ ਸਰੋਤ ਮੰਨਿਆ ਜਾਂਦਾ ਗੁਰਮਖੋ ਅੱਗ ਨੂੰ ਜਿਹੜੀ ਲੱਕੜਾਂ ਦੇ ਵਿੱਚ ਬਲਦੀ ਪਈ ਹੈ ਜਿਹੜੀ ਸਮੁੰਦਰਾਂ ਵਿੱਚ ਬਲਦੀ ਪਈ ਹੈ ਬਨਸਪਤੀ ਦੇ ਵਿੱਚ ਬਲਦੀ ਪਈ ਹੈ ਇਹ ਅੱਗ ਵੀ ਇੱਕ ਜੋਤ ਦਾ ਪ੍ਰਕਾਸ਼ ਹੈ ਤੇ ਛੇਵਾਂ ਮੰਨਿਆ ਜਾਂਦਾ ਬੁੱਧੀ ਨੂੰ ਅਕਲ ਨੂੰ ਇਹ ਬੁੱਧੀ ਵਿੱਚ ਵੀ ਤੇ ਪ੍ਰਕਾਸ਼ ਹੀ ਆ ਨਾ ਜਿਹੜੀ ਸਾਨੂੰ ਸੋਝੀ ਦਿੰਦੀ ਆ ਚੰਗਾ ਤੇ ਆ ਬਾੜਾ ਹੈ ਗਿਆਨ ਦਿੰਦੀ ਆ ਇਹ ਛੇ ਤਰ੍ਹਾਂ ਦੀਆਂ ਗੁਰਮਖੋ ਜੋਤੀਆਂ ਮੰਨੀਆਂ ਜਾਂਦੀਆਂ ਛੇ ਤਰ੍ਹਾਂ ਦਾ ਪ੍ਰਕਾਸ਼ ਹੋ ਰਿਹਾ ਹੈ ਸੂਰਜ ਦਾ ਚੰ드ਰਮਾ ਦਾ ਤਾਰੇ ਦਾ ਅੱਗ ਦਾ ਆਕਾਸ਼ ਦੀ ਬਿਜਲੀ ਦਾ ਤੇ ਇਸੇ ਤਰ੍ਹਾਂ ਬੁੱਧੀ ਦਾ ਅਕਲ ਦਾ ਪਰਮਾਤਮਾ ਜਿੰਨੀਆਂ ਵੀ ਜੋਤਾਂ ਦੇ ਨਾ ਸਭ ਮਹਿ ਜੋਤ ਇਹਨਾਂ ਸਾਰੀਆਂ ਜੋਤਾਂ ਵਿੱਚ ਸਾਰਿਆਂ ਪ੍ਰਕਾਸ਼ਾਂ ਦੇ ਵਿੱਚ ਜੋਤ ਹੈ ਸੋਏ ਆਪਦੀ ਦੀ ਜੋਤੀ ਕੰਮ ਕਰ ਰਹੀ ਹੈ ਤੁਸੀਂ ਕਿਰਪਾ ਕਰਦੇ ਹੋ ਤੇ ਸੂਰਜ ਤਾਂ ਚਮਕਦਾ ਹੈ ਤੁਸੀਂ ਕਿਰਪਾ ਕਰਦੇ ਚੰ드ਰਮਾ ਤਾਂ ਪ੍ਰਕਾਸ਼ ਕਰਦਾ ਹੈ ਤੁਸੀਂ ਕਿਰਪਾ ਕਰਦੇ ਤੇ ਅੱਗ ਤਾਂ ਪ੍ਰਕਾਸ਼ ਕਰਦੀ ਪਈ ਹੈ ਪਰਮਾਤਮਾ ਜੇ ਤੁਸੀਂ ਕਿਰਪਾ ਕਰੋ ਤੇ ਆਕਾਸ਼ ਵਿੱਚ ਬਿਜਲੀ ਵੀ ਤਾਂ ਹੀ ਚਮਕਦੀ ਹੈ ਤੁਸੀਂ ਕਿਰਪਾ ਕਰੋ ਤੇ ਮਨੁੱਖ ਨੂੰ ਜਾ ਜਿੰਨਾ ਵੀ ਬ੍ਰਹਿਮੰਡ ਬਣਿਆ ਜਿੰਨੇ ਵੀ ਜੀਵ ਬਣੇ ਨੇ ਉਹਨਾਂ ਨੂੰ ਆਪ ਜੀ ਮੱਤ ਸਮਾਤ ਆਪਣੀ ਮਰਜ਼ੀ ਦੇ ਮੁਤਾਬਕ ਬਖਸ਼ਿਸ਼ ਕਰਦੇ ਹੋ ਇਹ ਜਿੰਨੀਆਂ ਵੀ ਜੋਤਾਂ ਪ੍ਰਕਾਸ਼ ਹੋ ਰਹੀਆਂ ਨੇ ਇਹ ਸਾਰੀਆਂ ਜੋਤਾਂ ਵਿੱਚ ਪ੍ਰਮਾਤਮਾ ਆਪ ਜੀ ਦੀ ਜੋਤ ਕੰਮ ਕਰਦੀ ਹੈ ਸਭ ਇਹ ਜੋਤ ਸਾਰੀਆਂ ਜੋਤੀਆਂ ਦੇ ਵਿੱਚ ਜੋਤ ਹੈ ਸੋਏ ਪ੍ਰਮਾਤਮਾ ਜੋਤ ਰੂਪ ਹੋ ਕੇ ਆ ਬੈਠਾ ਹੋਇਆ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਕਰਦਾ ਹੈ ਇਸ ਕਹ ਚਾਨਣ ਸਭ ਚਾਨਣ ਹੋਏ ਉਸ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਸਾਰੇ ਸਰੀਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਨੰਦ ਹੋ ਰਿਹਾ ਤਿਸ ਕੈ ਆਨੰਦ ਉਸ ਪ੍ਰਮਾਤਮਾ ਦੀ ਜੋਤ ਦੇ ਕਿਰਪਾ ਕਰਕੇ ਉਹਦੇ ਪ੍ਰਕਾਸ਼ ਦੀ ਕਿਰਪਾ ਕਰਕੇ ਸਭ ਮੈਂ ਚਾਨਣ ਹੋਏ ਸਾਰਿਆਂ ਵਿੱਚ ਉਹਦਾ ਪ੍ਰਕਾਸ਼ ਹੋ ਰਿਹਾ ਕਿਉਂਕਿ ਆਤਮਾ ਰੂਪ ਹੋ ਕੇ ਉਹ ਸਾਰਿਆਂ ਵਿੱਚ ਬੈਠਾ ਹੋਇਆ ਐਸਾ ਉਹ ਪ੍ਰਮਾਤਮਾ ਵੱਡਾ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਜਦੋਂ ਮਹਾਰਾਜ ਸਾਹਿਬ ਜੀਆਂ ਨੇ ਬਚਨ ਕੀਤੇ ਤੇ ਉਸ ਵੇਲੇ ਫਿਰ ਉਹਨਾਂ ਨੇ ਸਵਾਲ ਕੀਤਾ ਪਾਂਡਿਆਂ ਨੇ ਕਹਿਣ ਲੱਗੇ ਜੀ ਜਿਸ ਪ੍ਰਮਾਤਮਾ ਦਾ ਆਪ ਜੀ ਜ਼ਿਕਰ ਕਰਦੇ ਪਏ ਉਹ ਵੀ ਉਹ ਸਾਰਿਆਂ ਨੂੰ ਦਿੰਦਾ ਪਿਆ ਸਾਰੇ ਉਹਦੀ ਆਰਤੀ ਕਰਦੇ ਪਏ ਹਜ਼ਾਰਾਂ ਉਹਦੇ ਨਿਤਰਣ ਉਹਦੀ ਫਿਰ ਪ੍ਰਾਪਤੀ ਕਿਵੇਂ ਹੁੰਦੀ ਹੈ ਥੋੜਾ ਜਿਹਾ ਢਲ ਗਿਆ ਇਹ ਜਿਹੜੇ ਬ੍ਰਾਹਮਣ ਨੇ ਨਾ ਥੋੜਾ ਜਿਹਾ ਮਾਨ ਇਹਨਾਂ ਦਾ ਘਟਿਆ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਐਸੇ ਅਗੰਮੀ ਬਚਨ ਸੁਣ ਕੇ ਮਹਾਰਾਜ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਗੁਰ ਸਾਖੀ ਗੁਰੂ ਦੀ ਸਾਖੀ ਕਹੀਏ ਸਿੱਖਿਆ ਦੇ ਨਾਲ ਜੋਤ ਪ੍ਰਗਟ ਹੋਏ ਉਹ ਜਿਹੜੀ ਜੋਤੀ ਹੈ ਨਾ ਤਾਂ ਪ੍ਰਗਟ ਹੁੰਦੀ ਹੈ ਪਰਮਾਤਮਾ ਹੈ ਤੇ ਸਾਰਿਆਂ ਦੇ ਵਿੱਚ ਹੀ ਹੈ ਪਰ ਪ੍ਰਗਟ ਉਹਨਾਂ ਦੇ ਅੰਦਰ ਹੁੰਦਾ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ ਜਿਵੇਂ ਗੁਰਮਖੋ ਧਰਤੀ ਦੇ ਥੱਲੇ ਪਾਣੀ ਤੇ ਸਾਰੀ ਵਿੱਚ ਹੀ ਹੈ ਪਰ ਪਾਣੀ ਪ੍ਰਗਟ ਉੱਥੇ ਹੋਇਆ ਜਿੱਥੇ-ਜਿੱਥੇ ਯਤਨ ਕੀਤਾ ਕਿਸੇ ਨੇ ਇਸੇ ਤਰ੍ਹਾਂ ਪਰਮਾਤਮਾ ਹੈ ਸਾਰਿਆਂ ਦੇ ਵਿੱਚ ਹੀ ਹੈ ਪਰ ਪ੍ਰਗਟ ਉਹਨਾਂ ਦੇ ਅੰਦਰ ਹੋਇਆ ਜਿਹੜੇ ਗੁਰੂ ਵਾਲੇ ਬਣੇ ਗੁਰਸਾਖੀ ਜਿਨ੍ਹਾਂ ਨੇ ਗੁਰੂ ਦੀ ਸਾਖੀ ਕਹੀਏ ਸਿੱਖਿਆ ਲਈ ਹੈ ਉਪਦੇਸ਼ ਲਿਆ ਹੈ ਗੁਰੂ ਦੇ ਕਹਿ ਹੁਕਮ ਦੇ ਉੱਪਰ ਚੱਲੇ ਗੁਰ ਸਾਖੀ ਗੁਰੂ ਦੀ ਸਾਖੀ ਦੇ ਨਾਲ ਜੋਤ ਪ੍ਰਗਟ ਹੋਏ ਉਹ ਜਿਹੜੀ ਜੋਤ ਹੈ ਪ੍ਰਮਾਤਮਾ ਦੀ ਉਹ ਸਾਰਿਆਂ ਵਿੱਚ ਪ੍ਰਗਟ ਹੋ ਜਾਂਦੀ ਹੈ ਜਦੋਂ ਇਹ ਬਚਨ ਕੀਤਾ ਨਾ ਧੰਗੁਰੂ ਨਾਨਕ ਦੇਵ ਪਾਤਸ਼ਾਹ ਜੀ ਆ ਨੇ ਕਹਿਣ ਲੱਗੇ ਜਗਨਨਾਥ ਦੀ ਜਿਹੜੀ ਮੂਰਤੀ ਹੈ ਨਾ ਸਤਗੁਰਾਂ ਦੇ ਸਾਹਮਣੇ ਆ ਕੇ ਖੜੀ ਹੋ ਗਈ ਜਦੋਂ ਪੰਡਤਾਂ ਨੇ ਕੌਤਕ ਵੇਖਿਆ ਵੀ ਜਿਸ ਦੀ ਆਰਤੀ ਅਸੀਂ ਉਤਾਰਦੇ ਪੈ ਸੀ ਉਹ ਭਗਵਾਨ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੱਗੇ ਆ ਕੇ ਖੜੇ ਹੋ ਗਏ ਹੱਥ ਜੋੜ ਕੇ ਇਸ ਤਰ੍ਹਾਂ ਦਾ ਕੌਤਕ ਵੇਖ ਕੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਫਿਰ ਆਖਣ ਲੱਗੇ ਹਨ ਜੋ ਤਿਸ ਪਾਵੇ ਸੋ ਆਰਤੀ ਹੋਏ ਕਹ ਲੱਗੇ ਜਿਹੜੀ ਆਰਤੀ ਉਹਨੂੰ ਪਾਵੇ ਪ੍ਰਮਾਤਮਾ ਉਹੀ ਆਰਤੀ ਹੈ ਜਿਹੜੀ ਉਹਨੂੰ ਪਾ ਜਾਵੇ ਜਿਹੜੀ ਉਹਨੂੰ ਚੰਗੀ ਲੱਗੇ ਤੇ ਆਰਤੀ ਪਾਉਂਦੀ ਉਹਦੀ ਹੈ ਜਿਹਦਾ ਮਨ ਸਿੱਧਾ ਹੋਵੇ ਜਿਹਦਾ ਮਨ ਸਾਫ਼ ਹੋਵੇ ਮਨ ਦੇ ਵਿੱਚ ਕੋਟ ਕੋਟ ਕੇ ਈਰਖਾ ਭਰੀ ਹੈ ਭਵਾਨ ਭਰਿਆ ਕ੍ਰੋਧ ਭਰਿਆ ਲੋਭ ਭਰਿਆ ਵਕਾਰ ਤੇ ਭਰੇ ਹੋਏ ਦੁਨੀਆ ਨੂੰ ਵਿਖਾਉਂਦਾ ਵੀ ਮੈਂ ਬੜੀ ਆਰਤੀ ਪੜਨੀ ਜਾਣਦਾ ਕਰਨੀ ਜਾਣਦਾ ਉਚਾਰ ਨਹੀਂ ਜਾਣਦਾ ਪਰ ਇਸ ਤਰ੍ਹਾਂ ਦੇ ਨਾਲ ਗੱਲ ਨਹੀਂ ਬਣੇਗੀ ਮਹਾਰਾਜ ਕਹਿਣ ਲੱਗੇ ਜੋ ਤੇ ਸੁਭਾਵੈ ਜਿਹੜਾ ਸੁੱਚੇ ਤੇ ਸੱਚੇ ਮਨ ਵਾਲਾ ਪ੍ਰਮਾਤਮਾ ਨੂੰ ਭਾ ਗਿਆ ਤੇ ਪਾਤਸ਼ਾਹ ਕਹਿਣ ਲੱਗੇ ਸੋ ਆਰਤੀ ਹੋਏ ਉਹਦੀ ਕੀਤੀ ਆਰਤੀ ਪ੍ਰਮਾਤਮਾ ਨੂੰ ਪਾਉਣੀ ਹੈ ਚੰਗੀ ਵੀ ਉਹਦੀ ਲੱਗਣੀ ਹੈ ਜਿਹਦਾ ਜਿਹੜਾ ਆਪ ਗੁਰੂ ਨੂੰ ਭਾ ਜਾਂਦਾ ਜਿਹੜਾ ਗੁਰੂ ਨੂੰ ਚੰਗਾ ਲੱਗਣ ਲੱਗ ਪਿਆ ਪਰ ਚੰਗੇ ਤੇ ਤਾਂ ਲਗਾਗੇ ਨਾ ਜੇ ਗੁਰੂ ਦੇ ਉਪਦੇਸ਼ ਨੂੰ ਮੰਨਾਂਗੇ ਕਹਨੇ ਦੇ ਮੁਤਾਬਕ ਆਪਣੇ ਮਨ ਦੇ ਅਵਗੁਣਾ ਨੂੰ ਛੱਡਾਂਗੇ ਤਾਂ ਉਹਦੀ ਪ੍ਰਾਪਤੀ ਹੈ ਜੇ ਮਨ ਵਿੱਚ ਮਾ ਨਹੀਂ ਰਿਹਾ ਵੀ ਮੈਂ ਤੇ ਇਹ ਕੀਤਾ ਤੇ ਮੈਂ ਤੇ ਉਹ ਕੀਤਾ ਤੇ ਮੈਂ ਹੀ ਆ ਦੁਨੀਆ ਦਾ ਰੱਬ ਆਪਣੀ ਹੌਮੇ ਨੂੰ ਚੱਕ ਕੇ ਤੁਰਿਆ ਫਿਰਿਆ ਤੇ ਫਿਰ ਪ੍ਰਾਪਤੀ ਕੋਈ ਨਹੀਂ ਹੈ ਫਿਰ ਜੋ ਮਰਜ਼ੀ ਕਰੀ ਚੱਲ ਉਹਦੀ ਪ੍ਰਾਪਤੀ ਕੋਈ ਨਹੀਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋਤਿਸੁ ਭਾਵੈ ਜਿਹੜਾ ਗੁਰੂ ਨੂੰ ਪਾ ਜਾਵੇ ਪ੍ਰਮਾਤਮਾ ਨੂੰ ਪਾ ਜਾਵੇ ਸੋ ਆਰਤੀ ਹੋਏ ਉਹਦੀ ਕੀਤੀ ਹੋਈ ਆਰਤੀ ਪ੍ਰਮਾਤਮਾ ਨੂੰ ਪਾਉਂਦੀ ਹੈ ਪਰਵਾਨ ਹੁੰਦੀ ਹੈ ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਉਹ ਪ੍ਰਮਾਤਮਾ ਜਿਹੜਾ ਹੈ ਉਹਦੇ ਭਾਵੇਂ ਹੁਕਮ ਦੇ ਵਿੱਚ ਹੀ ਭਾਈ ਐਸੀਆਂ ਆਰਤੀਆਂ ਜਿਹੜੀਆਂ ਕੀਤੀਆਂ ਹੋਈਆਂ ਪ੍ਰਵਾਨ ਹੁੰਦੀਆਂ ਹਨ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅੰਦਨੋ 모ਹ ਆਹੀ ਪਿਆਸਾ ਸਤਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਆਕਾਲ ਪੁਰਖ ਜੀ ਆਪ ਜੀਆਂ ਦੇ ਜਿਹੜੇ ਚਰਨ ਹਨ ਹਰ ਚਰਨ ਹਰੀ ਪ੍ਰਮਾਤਮਾ ਦੇ ਜਿਹੜੇ ਚਰਨ ਹਨ ਕਮਲਾਂ ਵਰਗੇ ਸੁੰਦਰ ਹਾਰੇ ਚਰਨਾਂ ਦਾ ਕਮਲ ਕਿਉਂਕਿ ਕਮਲ ਦੇ ਫੁੱਲ ਨੂੰ ਸਭ ਤੋਂ ਸੋਹਣਾ ਮੰਨਿਆ ਹੈ ਤੇ ਉਦਾਹਰਨ ਉਹ ਦਿੱਤੀ ਜਾਂਦੀ ਹੈ ਜਿਹਦੇ ਬਾਰੇ ਸਾਰਿਆਂ ਨੂੰ ਪਤਾ ਹੋਵੇ ਹੁਣ ਕਮਲ ਦੇ ਫੁੱਲ ਤੋਂ ਕੋਈ ਵਸਤੂ ਸੋਹਣੀ ਹੈ ਹੀ ਨਹੀਂ ਪਰਮਾਤਮਾ ਦੇ ਚਰਨਾਂ ਦੀ ਤੁਲਨਾ ਕਿਸੇ ਚੀਜ਼ ਨਾਲ ਦਿੱਤੀ ਨਹੀਂ ਜਾ ਸਕਦੀ ਹੈ ਕਮਲ ਦੇ ਫੁੱਲ ਨਾਲ ਵੀ ਉਪਮਾ ਨਹੀਂ ਹੋ ਸਕਦੀ ਹੈ ਪਰਮਾਤਮਾ ਦੇ ਚਰਨਾਂ ਦੇ ਮੁਤਾਬਕ ਕਮਲ ਦਾ ਫੁੱਲ ਕੀ ਰੀਸ ਕਰੇਗਾ ਪਰ ਸਾਡੇ ਕੋਲ ਇਹਦੇ ਤੋਂ ਵੱਡੀ ਉਦਾਹਰਣ ਹੈ ਹੀ ਨਹੀਂ ਹੈ ਸਭ ਤੋਂ ਵੱਡੀ ਸ਼ਰਮਣੀ ਉਦਾਹਰਣ ਇਹੋ ਹੀ ਹੈ ਕਹਿ ਦੇਣਾ ਵੀ ਤੂੰ ਬੜਾ ਸੁੰਦਰ ਹੈ ਕਾਦੇ ਵਰਗਾ ਗੁਲਾਬ ਵਰਗਾ ਕਾਦੇ ਵਰਗਾ ਕਮਲ ਵਰਗਾ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਰ ਚਰਨ ਕਮਲ ਪਰਮਾਤਮਾ ਦੇ ਚਰਨ ਜਿਹੜੇ ਨੇ ਕਮਲਾਂ ਵਰਗੇ ਸੁੰਦਰ ਨੇ ਅਤੇ ਇਸੇ ਤਰ੍ਹਾਂ ਮਕਰੰਦ ਲੋਭਤ ਮਨੋ ਜਿਹੜਾ ਮੇਰਾ ਮਨ ਹੈ ਨਾ ਕਹਿਣ ਲੱਗੇ ਇਹ ਮਕਰੰਦ ਨਾਮ ਗੁਰਮਖੋ ਭੌਰੇ ਦਾ ਹੈ ਜਿਵੇਂ ਭੌਰਾ ਕਮਲ ਦੇ ਫੁੱਲ ਤੇ ਲੁਭਾਇਮਾਨ ਹੋ ਜਾਂਦਾ ਹੈ ਐ ਪਰਮਾਤਮਾ ਮੇਰਾ ਮਨ ਇਸੇ ਤਰ੍ਹਾਂ ਤੇਰੇ ਤੇ ਲੁਭਾਇਮਾਨ ਹੋ ਗਿਆ ਹੈ

ਬਖਸ਼ਿਸ਼ਾਂ ਕਰਕੇ ਕਿਰਪਾ ਕਰਕੇ ਤੁਹਾਡੇ ਤੇ ਲੁਭਾਇਮਾਨ ਹੋ ਰਿਹਾ ਹੈ ਫਿਰ ਬਖਸ਼ਿਸ਼ ਕਰਦੇ ਹਨ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰਮਾਤਮਾ ਦੇ ਚਰਨ ਤੇ ਗੁਰਮੁਖੋ ਕਮਲ ਵਰਗੇ ਨੇ ਪਰ ਮੇਰੇ ਮਨ ਦੇ ਵਿੱਚ ਪ੍ਰਮਾਤਮਾ ਦੀ ਕਹਿ ਲਈਏ ਪ੍ਰੇਮਾ ਭਗਤੀ ਵਸ ਗਈ ਹੈ ਪ੍ਰੇਮਾ ਭਗਤੀ ਦੇ ਵਸੀਕਾਰ ਅਸੀਂ ਹੋ ਗਏ ਪ੍ਰੇਮਾ ਭਗਤੀ ਦੀ ਦਾਤ ਉਹਨਾਂ ਦੇ ਚਰਨਾਂ ਵਿੱਚੋਂ ਮਿਲਦੀ ਹੈ ਫਿਰ ਬਖਸ਼ਿਸ਼ ਕਰਦੇ ਹਨ ਹਰ ਚਰਨ ਕਮਲ ਮਕਰੰਦ ਲੋਭਤ ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਪ੍ਰਮਾਤਮਾ ਦੇ ਚਰਨ ਤੇ ਗੁਰਮੁਖੋ ਹੈਗੇ ਕਮਲ ਵਰਗੇ ਸੁੰਦਰ ਪਰ ਸਾਡੇ ਮਨ ਦੇ ਵਿੱਚ ਉਸ ਦੀ ਭਗਤੀ ਵਸ ਗਈ ਹੈ ਸਾਡਾ ਮਨ ਉਹਦੀ ਭਗਤੀ ਦੇ ਰਸ ਦੇ ਵਿੱਚ ਲੁਭਾਇਮਾਨ ਹੋ ਗਿਆ ਹੈ ਉਹਦੀ ਭਗਤੀ ਵਿੱਚ ਅਸੀਂ ਲੱਗ ਗਏ ਐਸੀਆਂ ਦਾਤਾ ਸਾਨੂੰ ਪ੍ਰਾਪਤ ਹੋ ਰਹੀਆਂ ਫਿਰ ਬਖਸ਼ਿਸ਼ ਕਰਦੇ ਹਨ ਪਰ ਚਰਨ ਕਾਵਲ ਮਕਰੰਦ ਲੋਭਤਮਨ ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਦੇ ਚਰਨ ਗੁਰਮੁਖੋ ਕਮਲ ਵਰਗੇ ਸੁੰਦਰ ਨੇ ਪਰ ਸਾਡੇ ਮਨ ਦੇ ਵਿੱਚ ਉਹਦੀ ਸ਼ਰਧਾ ਵਸ ਗਈ ਹੈ ਨਾ ਆ ਕੇ ਸ਼ਰਧਾ ਬਣ ਗਈ ਹੈ ਭਰੋਸਾ ਬਣ ਗਿਆ ਪਿਆਰ ਬਣ ਗਿਆ ਇਹ ਭਾਈ ਸਾਡੇ ਮਨ ਦੇ ਵਿੱਚ ਇਸ ਚੀਜ਼ ਦਾ ਵਾਸਾ ਹੋ ਗਿਆ ਹੈ ਅਸੀਂ ਸ਼ਰਧਾ ਨੂੰ ਆਪਣੇ ਮਨ ਵਿੱਚ ਵਸਾ ਲਿਆ ਜਿਵੇਂ ਪੌਹਰਾ ਕਮਲ ਦੇ ਫੁੱਲ ਤੇ ਆ ਕੇ ਬੈਠਦਾ ਹੈ ਸਾਡੇ ਮਨ ਦੇ ਵਿੱਚ ਆਪ ਜੀ ਦੀ ਸ਼ਰਧਾ ਪ੍ਰਾਪਤ ਹੋ ਗਈ ਹੈ ਸਾਡਾ ਮਨ ਰੂਪੀ ਪੌਹਰਾ ਸ਼ਰਧਾ ਨੂੰ ਪ੍ਰਾਪਤ ਹੋ ਗਿਆ ਹੈ ਸਾਡਾ ਮਨ ਰੂਪੀ ਪੌਹਰਾ ਜਿਹੜਾ ਪ੍ਰੇਮ ਨੂੰ ਪ੍ਰਾਪਤ ਹੋ ਰਿਹਾ ਹੈ ਐਸੀਆਂ ਦਾਤਾਂ ਆਪ ਜੀ ਨੇ ਬਖਸ਼ਿਸ਼ ਕੀਤੀਆਂ ਹਨ ਅਨ ਦਿਨੋ ਮੋਹਿਆਹੀ ਪਿਆਸਾ ਅਨ ਦਿਨੋ ਦਿਨੇ ਰਾਤ ਮੈਨੂੰ ਇਹੋ ਹੀ ਪਿਆਸ ਲੱਗੀ ਹੋਈ ਹੈ ਪਿਆਸ ਲੱਗੀ ਹੋਵੇ ਤੇ ਭੱਜ ਕੇ ਜਾਈਦਾ ਪਾਣੀ ਪੀਣ ਵਾਸਤੇ ਪਰਮਾਤਮਾ ਜੀ ਮੈਨੂੰ ਤੁਹਾਡੀ ਸ਼ਰਧਾ ਦੀ ਪਿਆਸ ਲੱਗ ਗਈ ਹੈ, ਪ੍ਰੇਮ ਦੀ ਪਿਆਸ ਲੱਗ ਗਈ ਹੈ, ਭਗਤੀ ਦੀ ਪਿਆਸ ਲੱਗੀ ਹੋਈ ਹੈ। ਅਣ ਦਿਨੋਂ ਦਿਨੇ ਰਾਤ ਹੀ ਲੱਗੀ ਹੋਈ ਹੈ। ਰਾਤ ਵੀ ਬਾਣੀ ਪੜਦਾ ਰਹਿੰਦਾ, ਦਿਨੇ ਵੀ ਬਾਣੀ ਪੜਦਾ ਰਹਿੰਦਾ। ਰਾਤ ਨੂੰ ਵੀ ਵਾਹਿਗੁਰੂ ਮੰਤਰ ਦਾ ਜਾਪ, ਦਿਨੇ ਵੀ ਵਾਹਿਗੁਰੂ ਮੰਤਰ ਦਾ ਜਾਪ ਹਰ ਵੇਲੇ ਐਸੀ ਡਾਢੀ ਪਿਆਸ ਲੱਗੀ ਹੋਈ ਹੈ। ਅਣ ਦਿਨੋਂ ਮੋਹਿਆ ਹੀ ਪਿਆਸਾ, ਅਣ ਦਿਨੋਂ ਦਿਨੇ ਰਾਤ ਮੈਨੂੰ ਇਹੀ ਪਿਆਸ ਆਪ ਜੀ ਦੇ ਨਾਮ ਦੀ ਲੱਗੀ ਹੋਈ ਹੈ। ਕਿਰਪਾ ਚਲਦੇ ਨਾਨਕ ਸਰੰਗੋ ਪਾਤਸ਼ਾਹ ਕਹਿਣ ਲੱਗੇ ਐ ਪਰਮਾਤਮਾ ਜੀ ਕਿਰਪਾ ਕਰੋ ਮੈਂ ਤੇ ਸਾਰੰਗ ਨਾਮ ਬਿਬੀਹੇ ਦਾ ਹੈ ਮੈਂ ਤੇ ਬਬੀਹਾ ਹਾਂ ਤੇ ਸਾਰੰਗ ਬਿਬੀਹੇ ਨੂੰ ਪਿਆਸ ਲੱਗ ਜਾਵੇ ਸੁਵੰਤੀ ਬੂੰਦ ਨੂੰ ਉਹ ਚਾਹੁੰਦਾ ਹੈ ਕਿਰਪਾ ਜਲ ਦੇਹ ਸਾਨੂੰ ਕਿਰਪਾ ਰੂਪੀ ਜਲ ਬਖਸ਼ਿਸ਼ ਕਰ ਕਿਵੇਂ ਕਿਉਂਕਿ ਮੈਂ ਆਪ ਜੀ ਦੇ ਦਰ ਕਰਦਾ ਬਬੀਹਾ ਹਾਂ ਹਰ ਵੇਲੇ ਆਪ ਜੀ ਦੇ ਨਾਮ ਨੂੰ ਲੋਚਦਾ ਹਾਂ ਕਿਰਪਾ ਰੂਪੀ ਜਲ ਸਾਨੂੰ ਦੇਣਾ ਕਰੋ ਹੋਏ ਜਾਤੇ ਤੇਰੇ ਨਾਮ ਵਾਸਾ ਇਸ ਕਰਕੇ ਤੇਰੇ ਨਾਮ ਦੇ ਵਿੱਚ ਸਾਡਾ ਨਿਵਾਸ ਹੋਵੇ ਤੇਰੇ ਨਾਮ ਦੇ ਵਿੱਚ ਵਸ ਜਾਈਏ ਇਹ ਸਾਡੇ ਤੇ ਕਿਰਪਾ ਕਰੋ ਫਿਰ ਮਹਾਰਾਜ ਫਰਮਾਉਂਦੇ ਹਨ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੋ ਸਾਨੂੰ ਕਿਰਪਾ ਕੀ ਕਰ ਸਾਨੂੰ ਆਪਣੇ ਨਾਮ ਦਾ ਜਲ ਦੇਣਾ ਕਰੋ ਨਾਮ ਰੂਪੀ ਜਲ ਦੇਣਾ ਕਰੋ ਪਹਿਲਾ ਬਚਨੇਸ ਵੀ ਆਪਣੀ ਕਿਰਪਾ ਦੇਣਾ ਕਰੋ ਦੂਜਾ ਬਚਨੇ ਆ ਵੀ ਨਾਮ ਰੂਪੀ ਜਲ ਦੇਵੋ ਪ੍ਰਮਾਤਮਾ ਜੀ ਅਸੀਂ ਆਪ ਜੀ ਦੇ ਦਰ ਦੇ ਪਉਰੇ ਬਣ ਕੇ ਆ ਕੇ ਕਿਰਪਾ ਜਲ ਦੇਹ ਨਾਨਕ ਸਾਰੰਗ ਅਸੀਂ ਆਪ ਜੀ ਦੇ ਦਰ ਕਰਦੇ ਸਾਰੰਗ ਹੀ ਪਪੀਹ ਹਾਂ ਹਰ ਵੇਲੇ ਆਪ ਜੀ ਦੇ ਨਾਮ ਰੂਪੀ ਜਲ ਨੂੰ ਚਾਹੁੰਦੇ ਆ ਤੇ ਸਾਨੂੰ ਦੇਣਾ ਕਰੋ ਜੀ ਹੋਏ ਜਾ ਤੇ ਤੇਰੇ ਨਾਮ ਵਾਸਾ ਇਸ ਤਰਕੇ ਤੇਰੇ ਨਾਮ ਦੇ ਵਿੱਚ ਸਾਡਾ ਨਿਵਾਸ ਹੋ ਜਾਵੇ ਤੇਰੇ ਨਾਮ ਦੇ ਵਿੱਚ ਅਸੀਂ ਵਸ ਜਾਈਏ ਤੇਰਾ ਨਾਮ ਸਾਡੇ ਹਿਰਦੇ ਵਿੱਚ ਸਦਾ ਵਾਸਤੇ ਵਸ ਜਾਵੇ ਤੇਰੇ ਨਾਮ ਦਾ ਰੂਪ ਹੋ ਜਾਈਏ ਐਸੀਆਂ ਦਾਤਾਂ ਜਿਹੜੀਆਂ ਨੇ ਉਹ ਸਾਡੇ ਉੱਪਰ ਕਿਰਪਾ ਕਰਕੇ ਸਾਨੂੰ ਦੇਣੇ ਕਰੋ ਸੋ ਇਹ ਸ਼ਬਦ ਜਿਹੜਾ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਗਨਨਾਥਪੁਰੀ ਵਿਖੇ ਇਹ ਉਚਾਰਿਆ ਹੈ ਜਦੋਂ ਮੰਦਰ ਦੇ ਵਿੱਚ ਪੰਡਤ ਲੋਕ ਆਰਤੀ ਕਰਦੇ ਤੇ ਉਹਨਾਂ ਦੇ ਧਰਮ ਨੂੰ ਪਰੇ ਕਰਕੇ ਮਹਾਰਾਜ ਜੀ ਆਨੇ ਫਿਰ ਇਹ ਸ਼ਬਦ ਬਖਸ਼ਿਸ਼ ਕਰਕੇ ਉਹਨਾਂ ਨੂੰ ਨਿਹਾਲ ਕੀਤਾ ਅਤੇ ਇਹ ਸ਼ਬਦ ਨੂੰ ਗੁਰਬਾਣੀ ਵਿੱਚ ਮਹਾਰਾਜ ਜੀ ਆਨੇ ਦਰਜ ਕੀਤਾ ਐਸੀਆਂ ਦਾਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਨੇ ਸਾਰਿਆਂ ਥਾਵਾਂ ਤੇ ਵਿਚਰ ਕੇ ਪੈਦਲ ਜਾ ਕੇ ਥਾਵਾਂ ਥਾਵਾਂ ਤੇ ਨਾਮ ਦਾ ਬੀਜ ਮਹਾਰਾਜ ਸਾਹਿਬ ਜੀ ਨੇ ਬੋਇਆ ਧਰਮ ਤੇ ਪਖੰਡ ਨੂੰ ਮਹਾਰਾਜ ਨੇ ਪਰੇ ਕੀਤਾ ਐਸੀਆਂ ਦਾਤਾਂ ਪ੍ਰਾਪਤ ਹੋ ਰਹੀਆਂ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਬਚਨੋ ਪ੍ਰਦੇਸ ਗੁਰੂ ਕਾ ਹਿਰਦੇ ਵਸ ਜਾਵੇ ਦਿਉ ਸੱਜਣਾ ਸੀ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਹਰ ਚਰਨ ਕਵਲ ਮਕਰੰਦ ਲੋਭਤ ਮਨ ਅੰਧ ਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰਾ ਨਾਮ ਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਵਾ ਹੈ ਗੁਰੂ ਜੀ ਵਾਹੀ